ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਜਿੰਨੇ ਵੀ ਦਰਸ਼ਕ ਇਸ ਟਾਈਮ ਨਾਰਥ ਅਮਰੀਕਾ ਤੇ ਵਿਸ਼ਵ ਦੇ ਵਿੱਚ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਕਈ ਸਾਰੇ ਵਿਸ਼ੇ ਇਸ ਮੰਚ ਦੇ ਉੱਤੇ ਅਸੀਂ ਲੈ ਕੇ ਆਏ ਲੇਕਿਨ ਜਿਹੜਾ ਅੱਜ ਵਿਸ਼ਾ ਇਸ ਮੰਚ ਦੇ ਉੱਤੇ ਰੱਖਣ ਜਾ ਰਹੇ ਹਾਂ ਉਸ ਵਿਸ਼ੇ ਨੇ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ ਔਰ ਵੱਖ ਵੱਖ ਥਾਵਾਂ ਦੇ ਉੱਤੇ ਕਈ ਸਾਰੇ ਮੁੱਦੇ ਛੇੜ ਦਿੱਤੇ ਹਨ ਔਰ ਜਦ ਗੱਲ ਮੁੱਦਿਆਂ ਦੀ ਹੁੰਦੀ ਹੈ ਭਾਵੇਂ ਉਹ ਮੁੱਦਾ ਅਮਰੀਕਾ ਦੀ ਰਾਜਨੀਤੀ ਨਾਲ ਜੁੜਿਆ ਹੋਏ ਭਾਵੇਂ ਅਮਰੀਕਾ ਦੇ ਪੰਥਕ ਇਸ਼ੂਜ਼ ਹੋਣ ਸਮਾਜਿਕ ਇਸ਼ੂਜ਼ ਹੋਣ ਉੱਥੇ ਹੀ ਦੂਜੇ ਪਾਸੇ ਸਾਡੀ ਮਦਰਲੈਂਡ ਪੰਜਾਬ ਦੀ ਵੀ ਗੱਲ ਅਸੀਂ ਇਸ ਮੰਚ ਦੇ ਉੱਤੇ ਸਮੇਂ ਸਿਰ ਰਹਿੰਦੇ ਕਰਦੇ ਹੋਏ ਆਉਂਦੇ ਹਾਂ ਅੱਜ ਜਿਹੜਾ ਮੁੱਦਾ ਮੈਂ ਇਸ ਮੰਚ ਦੇ ਉੱਤੇ ਲੈ ਕੇ ਆ ਰਿਹਾ ਉਹ ਮੁੱਦਾ ਬਹੁਤ ਜ਼ਿਆਦਾ ਇਸ ਟਾਈਮ ਪੰਜਾਬ ਦੇ ਵਿੱਚ ਮੈਂ ਕਹਾਂਗਾ ਕਿ ਪੂਰੇ ਇੰਡੀਆ ਦੇ ਵਿੱਚ ਗਰਮਾਇਆ ਹੋਇਆ ਔਰ ਉਸ ਮੁੱਦੇ ਬਾਰੇ ਜਾਣਕਾਰੀ ਕਰਨੀ ਔਰ ਖਬਰਾਂ ਜੁਟਾਉਣੀ ਕਿ ਕਿੰਨੀ ਕੁ ਸੱਚਾਈ ਹੈ ਉਹ ਸਾਡੀ ਜ਼ਿੰਮੇਵਾਰੀ ਹੈ ਜਦ ਮੈਂ ਗੱਲ ਪੰਜਾਬ ਦੀ ਕਰਦਾ ਤਾਂ ਕਈ ਸਾਰੇ ਮਾਫੀਆਂ ਦੀ ਗੱਲ ਅਸੀਂ ਇਸ ਮੰਚ ਦੇ ਉੱਤੇ ਤੁਹਾਡੇ ਸਾਹਮਣੇ ਰੱਖੀ ਭਾਵੇਂ ਉਹ ਲੈਂਡ ਮਾਫੀਆ ਹੋਏ ਭਾਵੇਂ ਉਹ ਰੇਤ ਮਾਫੀਆ ਹੋਏ ਭਾਵੇਂ ਉਹ ਡਰੱਗ ਮਾਫੀਆ ਹੋਏ ਕਈ ਸਾਰੇ ਮਾਫੀਆ ਪੰਜਾਬ ਦੇ ਵਿੱਚ ਅਸੀਂ ਸੁਣੇ ਲੇਕਿਨ ਜੇ ਮੈਂ ਤੁਹਾਨੂੰ ਕਹਾਂ ਇੱਕ ਮਾਫੀਆ ਹੋਰ ਪੰਜਾਬ ਦੇ ਵਿੱਚ ਐਂਟਰ ਹੋ ਚੁੱਕਿਆ ਹੈ ਜਿਸ ਮਾਫੀਆ ਬਾਰੇ ਸਾਨੂੰ ਇੰਨੇ ਲੰਬੇ ਸਾਲਾਂ ਤੋਂ ਪਤਾ ਸੀਗਾ ਲੇਕਿਨ ਕਦੀ ਵੀ ਉਹਨਾਂ ਦੀ ਖਬਰ ਉਜਾਗਰ ਨਹੀਂ ਹੋਈ ਲੇਕਿਨ ਇੱਕ ਸ਼ਖਸੀਅਤ ਨੇ ਉਹਨਾਂ ਦੀ ਖਬਰ ਨੂੰ ਉਜਾਗਰ ਵੀ ਕੀਤਾ ਔਰ ਇਸ ਮਾਫੀਆ ਨੂੰ ਦੱਸਿਆ ਕਿ ਤੁਸੀਂ ਕੁੰਭਕਰਨੀ ਨੀਂਦ ਅਗਰ ਜੇ ਸੋ ਰਹੇ ਹੋ ਤਾਂ ਮੈਂ ਹਾਂ ਮੈਂ ਪੰਜਾਬ ਦਾ ਨਿਵਾਸੀ ਹਾਂ ਔਰ ਮੈਂ ਸੱਚ ਦੀ ਔਰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਕਰਾਂਗਾ ਭਾਵੇਂ ਤੁਸੀਂ ਮੇਰਾ ਜੋ ਮਰਜ਼ੀ ਕਰ ਲਵੋ ਜੀ ਹਾਂ ਬਿਲਕੁਲ ਤੁਸੀਂ ਸਹੀ ਪਹਿਚਾਣ ਰਹੇ ਹੋ ਉਸ ਸ਼ਖਸ ਬਾਰੇ ਅੱਜ ਕੱਲ੍ਹ ਉਹ ਸ਼ਖਸ ਆਲ ਓਵਰ ਵਿਸ਼ਵ ਦੇ ਵਿੱਚ ਜਦ ਗੱਲ ਪੰਜਾਬ ਦੇ ਵਿੱਚ ਮੈਡੀਸਨ ਮਾਫੀਆ ਦੀ ਆਉਂਦੀ ਹੈ ਤਾਂ ਉਹ ਸ਼ਖਸ ਇਸ ਟਾਈਮ ਸੁਰਖੀਆਂ ਦੇ ਵਿੱਚ ਹੈ ਇਸ ਸ਼ਖਸ ਨੇ ਕਿਵੇਂ ਮੈਡੀਸਨ ਮਾਫੀਆ ਨੂੰ ਬੇਨਕਾਬ ਕੀਤਾ ਇਸ ਨੈਕਸਸ ਦੇ ਬਾਰੇ ਦੱਸਿਆ ਕਿ ਕਿਸ ਤਰੀਕੇ ਨਾਲ ਆ ਮੈਡੀਸਨ ਮਾਫੀਆ ਪੰਜਾਬ ਦੀ ਜੜ੍ਹਾਂ ਦੇ ਵਿੱਚ ਵੜ ਚੁੱਕਿਆ ਹੈ ਔਰ ਜੋ ਕਿ ਪੰਜਾਬ ਦੀ ਨਵੀਂ ਪਨੀਰੀ ਨੂੰ ਔਰ ਨਾਲ ਪੰਜਾਬ ਦੇ ਵਿੱਚ ਮਜਬੂਰ ਗਰੀਬ ਜੋ ਕਿ ਪੇਸ਼ੈਂਟਸ ਨੇ ਭਾਵੇਂ ਉਹ ਕੋਵਿਡ-19 ਦੇ ਪੇਸ਼ੈਂਟਸ ਹੋਣ ਜਾਂ ਭਾਵੇਂ ਕਿਸੇ ਹੋਰ ਬਿਮਾਰੀ ਦੇ ਨਾਲ ਜੰਗ ਲੜ ਰਹੇ ਉਹਨਾਂ ਪੇਸ਼ੈਂਟਸ ਨੂੰ ਕਿਸ ਤਰੀਕੇ ਨਾਲ ਉਹਨਾਂ ਦੇ ਨਾਲ ਲੁੱਟ ਖੋਹ ਕੀਤੀ ਜਾ ਰਹੀ ਹੈ ਉਹਨਾਂ ਨੂੰ ਲੁੱਟਿਆ ਜਾ ਰਿਹਾ ਔਰ ਇੱਕ 10 ਰੁਪਏ ਦੀ ਦਵਾਈ 100 ਰੁਪਏ ਦੀ ਕਿਵੇਂ ਖੁੱਲ੍ਹੇਆਮ ਸ਼ਰੇਆਮ ਪੰਜਾਬ ਦੇ ਵਿੱਚ ਗਲੀਆਂ ਦੇ ਵਿੱਚ ਪਿੰਡਾਂ ਦੀ ਸੱਥਾਂ ਦੇ ਵਿੱਚ ਵਿਕੀ ਜਾ ਰਹੀ ਹੈ ਆਓ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਇਸ ਸ਼ਖਸੀਅਤ ਦੀ ਉਸ ਵੀਡੀਓ ਬਾਰੇ ਜੋ ਕਿ ਪੂਰੇ ਆਲ ਓਵਰ ਵਿਸ਼ਵ ਦੇ ਵਿੱਚ ਜਦ ਵਾਇਰਲ ਹੋਈ ਤਾਂ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਕਿਵੇਂ ਉੱਠੀ ਔਰ ਕਿਵੇਂ ਖੁਦ ਆਪ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਜਬੂਰ ਹੋਣਾ ਪਿਆ ਕਿ ਹਾਂ ਵਾਕਈ ਦਾਲ ਦੇ ਵਿੱਚ ਕੁਝ ਕਾਲਾ ਬਲਜਿੰਦਰ ਸਿੰਘ ਜਿੰਦੂ ਇਸ ਸ਼ਖਸੀਅਤ ਨੇ ਵਿਸ਼ਵ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਦੱਸਿਆ ਮੈਡੀਸਨ ਮਾਫੀਆ ਬਾਰੇ ਆਓ ਪਹਿਲਾਂ ਵੇਖਦੇ ਹਾਂ ਬਲਜਿੰਦਰ ਸਿੰਘ ਜਿੰਦੂ ਹੋਰਾਂ ਦੀ ਇਹ ਵੀਡੀਓ ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਔਰ ਕਿਵੇਂ ਉਸ ਤੋਂ ਬਾਅਦ ਇਸ ਵੀਡੀਓ ਨੇ ਸੁਰਖੀਆਂ ਬਟੋਰੀਆਂ ਇਸ ਵੀਡੀਓ 'ਤੇ ਨਜ਼ਰ ਪਾਉਂਦੇ ਹਾਂ ਆਈ ਡਰੌਪ ਹੈ ਜੀ ਇਹ 10 ਰੁਪਏ ਦੀ ਇਹਦੇ ਉੱਤੇ ਕਿੱਥੇ ਪ੍ਰਿੰਟ ਕਿੱਥੇ ਆ ਦਾ ਪ੍ਰਿੰਟ ਆ ਲਿਖਿਆ ਜੀ ਇਹਦਾ ਪ੍ਰਿੰਟ ਦੇਖਿਓ ਤੁਸੀਂ ਕਿੰਨਾ ਇਹਦਾ ਪ੍ਰਿੰਟ ਆ 44 ਰੁਪਈਏ 44 ਰੁਪਈਏ ਪ੍ਰਿੰਟ ਦਵਾਈ ਪਤਾ ਕਿੰਨੇ ਦੀ ਇਹ 8 ਰੁਪਈਏ ਹੁਣ ਦੱਸੋ ਵੀ ਗਰੀਬ ਆਦਮੀ ਜੇ ਸੜਕ ਤੇ ਬਹਿ ਕੇ ਰੋਟੀ ਕਮਾਉਂਦਾ ਨੂੰ ਡਾਂਗਾ ਮਾਰਦੇ ਆ ਇਹਨਾਂ ਨੂੰ ਫੜਨ ਵਾਲਾ ਕੋਈ ਹੈ ਅਗਲੀ ਚੀਜ਼ ਦੇਖਿਓ ਆ ਇੱਕ ਦਵਾਈ ਹੈ ਜੀ ਪੈਂਟੋਪਰਾਜ਼ੋਲ ਤੁਸੀਂ ਵੀ ਘਰਾਂ 'ਚ ਵਰਤਦੇ ਹੋਵੋਗੇ ਆਮ ਦਵਾਈਆਂ ਰਨਿੰਗ ਆਈਟਮ ਕਹਿੰਦੇ ਆ ਬਾਜ਼ਾਰਾਂ 'ਚ ਇਹਨੂੰ ਗੈਸ ਵਾਸਤੇ ਹੁੰਦੀ ਹੈ ਇਹਦੇ 'ਤੇ ਪ੍ਰਿੰਟ ਹੈ ਜੀ 108 ਰੁਪਈਏ ਪ੍ਰਿੰਟ ਹੈ ਇਹ ਦਵਾਈ ਦਾ ਪੱਤਾ 108 ਰੁਪਈਏ ਪ੍ਰਿੰਟ ਹੈ ਕੋਈ ਸਰਕਾਰ ਨਹੀਂ ਲਗਾਮ ਲਾਉਂਦੀ ਇਹਦੇ ਰੇਟ ਪਤਾ ਕਿੰਨਾ 9 ਰੁਪਈਏ ਸਿਰਫ 9 ਰੁਪਈਏ ਯਾਰ ਕਿੰਨੇ ਗੁਣਾ ਕਮਾਈ ਕਰਦੇ ਆ 9 ਰੁਪਈਏ ਵਾਲੀ ਚੀਜ਼ ਤੇ ਪ੍ਰਿੰਟ ਲਾਇਆ ਹੋਇਆ 108 ਰੁਪਈਏ ਕੋਈ ਹੈ ਇਹਨਾਂ ਨੂੰ ਡਾਂਗ ਮਾਰਨ ਵਾਲਾ ਕੋਈ ਹੈ ਇਹਨਾਂ ਦੀ ਧੌਣ ਨੂੰ ਹੱਥ ਪਾਉਣ ਵਾਲਾ ਕਿੱਡੀ ਲੁੱਟ ਖਸੁੱਟ ਚੋਰ ਬਜ਼ਾਰੀ ਇਹ ਸਿਹਤ ਸਹੂਲਤਾਂ ਦੀ ਗੱਲ ਕਰਦੇ ਆ ਆਪਾਂ ਆਪਣੀਆਂ ਇਹ ਕੱਪ ਦੀ ਆ 99 ਰੁਪਏ ਰੇਟ 21 ਰੁਪਏ ਦੀ ਆਪਾਂ ਇਹ ਕੱਪ ਸਿਰਫ ਹੈ ਸਾਡੇ ਕੋਲੇ 99 ਰੁਪਏ ਸਿਪਲਾ ਕੰਪਨੀ ਦਾ ਜੀ ਸਿਪਲਾ ਬ੍ਰਾਂਡ ਇਹਦੇ ਲਿਖਿਆ ਕਿੱਥੇ ਆ ਆ ਲਿਖਿਆ ਸਿਪਲਾ ਕੰਪਨੀ ਹੈ ਜੀ ਸਿਪਲਾ ਕੰਪਨੀ ਦਾ ਕੱਪ ਸਿਰਫ ਹੈ ਤੇ ਮੈਂ ਹੈਰਾਨ ਆ ਵੀ ਕਿਸੇ ਲੀਡਰ ਨੇ ਆ ਸਾਡੇ ਲੁਧਿਆਣੇ ਵਾਲਾ ਜਿਹੜਾ MP ਹੈ ਇਹਨੂੰ ਬੜੀ ਖਿੱਚ ਮੱਚੀ ਹੈ ਵੀ ਖਾਲਿਸਤਾਨ ਮੰਗਦੇ ਆ ਇਸੇ ਕਰਕੇ ਮੰਗਦੇ ਆ ਖਾਲਿਸਤਾਨ ਮੰਗਦਾ ਮੈਂ ਮੰਗਦਾ
भी जदों खालिस्तान होऊ ना आ लुट खसुट नहीं होनी चाहीदी भी 21 रुपये वाली चीज इहदा रेट 99 रुपये रखिया होया। जे गरीब आदमी मेहनत करके अपने घर की रोटी कमावे ते किन्ने डिपार्टमेंट रेट मारदे आ तुहाडे घरां च, इहनां ते कोई रेट मारदा भी तुसीं लोकां दी चंब लाह के लै जांदे हो, कोई रेट मारदा इहनां ते? मैनूं दसो आ जिन्नियां दवाइयां साडे कोले आ, अज मैं तुहानूं दवाइयां दिखाउणा, ठीक है? आ एक तुहानूं मास्क दिखाउणे आ, लै देखियो, एक मास्क जिहड़ा आम कोविड-19 दे विच वरतिया जांदा डब्बी च आया, ठीक है? आ मास्क आ देखो जी, जिहनूं फिल्टर वाला मास्क कहिंदे आ, 250 रुपया इहदा बाजार च रेट है, 250 तों 300। ते गुरु साहब की कृपा नाल गुरु नानक मोदी खान ने रेट पढ़ने वाला की लिखिया, लिखिया कि डब्बा दिखा मैनू, आ लो जी आ 40 रुपये रेट लाया जी, 40 रुपये। मतलब कहण तो भाव साडा सिर्फ इत्थे अवेयरनेस ड्राइव है भी यार अहीं इह सेवा शुरू करिए ना, साडा मकसद की है भी एडी लुट खसुट चलती है, इन्हां नूं नत्थ पाउण वाला कोई नहीं। साडा MP चीका मारदा भी खालिस्तान दीआं गल्लां करदे आ, असीं ते खालसा राज मंगदे आ, खालसा खास कहावा सोई जां कै रिदा भरम ना होई। ਇਹ ਸੀਗੇ ਬਲਜਿੰਦਰ ਸਿੰਘ ਜਿੰਦੂ, ਜਿਨ੍ਹਾਂ ਨੇ ਇਸ ਮੈਡੀਸਨ ਮਾਫੀਆ ਬਾਰੇ ਚਾਨਣਾ ਪਾਇਆ, ਦੱਸਿਆ ਕਿ ਕਿਸ ਤਰੀਕੇ ਨਾਲ ਲੁੱਟ ਖੋਹ ਕਰ ਰਹੇ ਨੇ ਪੰਜਾਬ ਦੇ ਵਿੱਚ, ਇਹ ਮੈਡੀਸਨ ਮਾਫੀਆ ਕਿਸ ਤਰੀਕੇ ਨਾਲ ਦਸਤਕ ਦੇ ਚੁੱਕਿਆ ਹੈ, ਜਿਸ ਤੋਂ ਸਾਨੂੰ ਬਚਣ ਦੀ ਲੋੜ ਹੈ। ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਬਲਜਿੰਦਰ ਸਿੰਘ ਜਿੰਦੂ ਹੋਰਾਂ ਕੋਲ ਲੁਧਿਆਣਾ। ਗੁਰੂ ਨਾਨਕ ਮੋਦੀ ਖਾਨਾ ਇਸ ਟਾਈਮ ਸੁਰਖੀਆਂ ਦੇ ਵਿੱਚ ਹੈ, ਕੀ ਕੁਝ ਖਾਸੀਅਤ ਗੁਰਦੁਆਰਾ? ਮੈਂ ਅਗਰ ਗੱਲ ਕਰਾਂ, ਲਗਭਗ ਕਈ ਸਾਰੇ ਗੁਰਦੁਆਰਾ ਸਾਹਿਬਾਨ ਪੰਜਾਬ ਦੇ ਵਿੱਚ ਮੌਜੂਦ ਨੇ, ਪਰ ਗੁਰੂ ਨਾਨਕ ਮੋਦੀ ਖਾਨਾ, ਇਸ ਅਗਰ ਮੈਂ ਮੋਦੀ ਖਾਨੇ ਦੀ ਗੱਲ ਕਰਾਂ ਤਾਂ ਕਿਵੇਂ ਹੁਣ ਪੂਰੇ ਪੰਜਾਬ ਤੋਂ ਲੋਕ ਬਕਾਇਦਾ ਇਸ ਮੋਦੀ ਖਾਨੇ ਦੇ ਵਿੱਚ ਆ ਰਹੇ ਨੇ, ਦਵਾਈ ਲੈ ਰਹੇ ਨੇ, ਔਰ ਬਕਾਇਦਾ ਸਵੇਰੇ ਤੋਂ ਹੀ ਲੰਬੀਆਂ ਲਾਈਨਾਂ ਲੱਗਣੀਆਂ ਮੋਦੀ ਖਾਨੇ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ। ਸਾਡੇ ਨਾਲ ਖੁਦ ਆਪ ਮੌਜੂਦ ਨੇ ਬਲਜਿੰਦਰ ਸਿੰਘ ਜਿੰਦੂ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ ਲੁਧਿਆਣਾ ਪੰਜਾਬ, ਉਹ ਸਾਡੇ ਨਾਲ ਇਸ ਟਾਈਮ ਮੌਜੂਦ ਨੇ। ਬਲਜਿੰਦਰ ਸਿੰਘ ਜਿੰਦੂ ਜੀ, ਤੁਹਾਡਾ ਸਵਾਗਤ ਹੈ ਅੱਜ ਦੇ ਮੁੱਦੇ ਦੇ ਵਿੱਚ, ਔਰ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਲਜਿੰਦਰ ਸਿੰਘ ਜਿੰਦੂ ਜੀ, ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਹੋਏਗਾ ਕਿ ਜਿਸ ਤਰੀਕੇ ਦੀ ਵੀਡੀਓ ਤੁਹਾਡੀ ਵਾਇਰਲ ਹੋਈ, ਕੀ ਇਹਦੀ ਲੋੜ ਪੈ ਗਈ ਸੀਗੀ, ਔਰ ਕਿੰਨਾ ਇੰਪੋਰਟੈਂਟ ਸੀਗਾ ਵਿਸ਼ਵ ਦੇ ਵਿੱਚ ਵਸਦੇ ਪੰਜਾਬੀਆਂ ਦੇ ਲਈ ਇਹ ਜਾਣਨਾ? ਕਈ ਸਾਰੀ ਮਾਫੀਆ ਅਸੀਂ ਸੁਣੀ ਬਾਰੇ ਅਸੀਂ ਸੁਣਿਆ, ਪਰ ਇਹ ਮੈਡੀਸਨ ਮਾਫੀਆ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਦਸਤਕ ਦੇ ਚੁੱਕਿਆ, ਕੀ ਕਹਿਣਾ ਚਾਹੋਗੇ ਵੀਰ ਜੀ? ਜਿੱਥੋਂ ਤੱਕ ਤੇ ਇਸ ਵੀਡੀਓ ਬਣਾਉਣ ਦੇ ਮਕਸਦ ਦੀ ਗੱਲ ਹੈ, ਜਦੋਂ ਗੁਰੂ ਨਾਨਕ ਮੋਦੀ ਖਾਨੇ ਨੂੰ ਅਰਦਾਸ ਕਰਕੇ ਆਰੰਭਤਾ ਹੋਈ ਸੀ 17 ਮਈ 2020 ਨੂੰ, ਤੇ ਉਦੋਂ ਇੱਕ ਮਿਸ਼ਨ ਲੈ ਕੇ ਚੱਲੇ ਸਾਂ ਵੀ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਕੀਤਾ ਉਹਨੂੰ ਅਸੀਂ ਆਪਣੀ ਸੇਵਾ ਦੇ ਵਿੱਚ ਇਨ ਬਿਨ ਲਾਗੂ ਕਰਨਾ। ਜੋ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੇ, ਜੋ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਹੈ, ਉਹਨੂੰ ਅਸੀਂ ਸਾਰਿਆਂ ਫੋਲੋ ਕਰਨਾ। ਕਿਸੇ ਵੀ ਤਰ੍ਹਾਂ ਦੀ ਕੁਤਾਹੀ ਜਿਹੜੀ ਹੈ ਉਹ ਸਾਡੇ ਕੰਮ 'ਚ ਨਹੀਂ ਹੋਣੀ ਚਾਹੀਦੀ। ਸੋ ਇਹ ਸੋਚ ਰੱਖ ਕੇ ਪਹਿਲੇ ਦਿਨ ਤੋਂ ਹੀ ਗੁਰੂ ਨਾਨਕ ਮੋਦੀ ਖਾਨੇ ਦੇ ਵਿੱਚ ਜੋ ਸਮਾਨ ਜਿਸ ਭਾਅ 'ਤੇ ਖਰੀਦਿਆ ਜਾਂਦਾ ਸੀ ਉਸੇ ਭਾਅ 'ਤੇ ਸੰਗਤਾਂ ਨੂੰ ਦਿੱਤਾ ਜਾਂਦਾ ਸੀ, ਅਤੇ ਜਿਹੜਾ ਸਮਾਨ ਕੋਈ ਸੰਗਤਾਂ ਫਰੀ ਦੇ ਕੇ ਜਾਂਦੀਆਂ ਸੀ ਅਤੇ ਉਹਦੇ 'ਤੇ ਫਰੀ ਦਾ ਰੇਟ ਲਾ ਕੇ ਉਹ ਸੰਗਤਾਂ ਨੂੰ ਫਰੀ 'ਚ ਹੀ ਦਿੱਤਾ ਜਾਂਦਾ ਸੀ। ਅਤੇ ਸਾਡੀ ਦਿਨ ਬ ਦਿਨ ਕੋਸ਼ਿਸ਼ ਚੱਲ ਰਹੀ ਸੀ ਕਿ ਜਿਹੜੀ ਸਾਡੀ ਪਰਚੇਜ਼ਿੰਗ ਹੈ, ਮੈਂ ਮਾਫ਼ੀ ਚਾਹੁੰਦਾ, ਥੋੜ੍ਹੀ ਤਬੀਅਤ ਖਰਾਬ ਹੈ ਜੀ, ਵੀ ਉਹ ਸਸਤੀ ਤੋਂ ਸਸਤੀ ਕੀਤੀ ਜਾਵੇ, ਡਾਇਰੈਕਟ ਕੰਪਨੀਆਂ ਤੋਂ ਕੀਤੀ ਜਾਵੇ। ਜੇ ਕੰਪਨੀਆਂ ਤੋਂ ਨਹੀਂ ਤਾਂ ਜਿਹੜੇ ਸਟਾਕਿਸਟ ਹੈ, ਹੋਲਸੇਲਰ ਹੈ, ਉਹਨਾਂ ਤੋਂ ਕੀਤੀ ਜਾਵੇ। ਉਹਨਾਂ ਨੂੰ ਵੀ ਪਰਸਨਲੀ ਮਿਲ ਕੇ ਰਿਕੁਐਸਟ ਕੀਤੀ ਸੀ ਵੀ ਤੁਸੀਂ ਥੋੜ੍ਹਾ ਮਾਰਜਨ ਲੈ ਲਓ, ਵੀ ਅਸੀਂ ਚਾਹੁੰਦੇ ਹਾਂ ਵੀ ਸੰਗਤ ਨੂੰ ਸਸਤੀ ਤੋਂ ਸਸਤੀ ਦਵਾਈ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਵੇ। ਸੋ ਇਹ ਸੋਚ ਨੂੰ ਰੱਖ ਕੇ ਅਸੀਂ 1 ਮਹੀਨਾ 7 ਦਿਨ ਸੇਵਾ ਕਰਦਿਆਂ ਨੂੰ ਹੋ ਗਏ ਸੀ, ਅਤੇ 1 ਮਹੀਨੇ ਬਾਅਦ ਜਿਹੜੇ ਸਾਡੇ ਫਾਰਮਾਸਿਸਟ ਨੇ ਤਕਰੀਬਨ 4 ਜਣੇ, ਉਹਨਾਂ 'ਚੋਂ 2 ਜਣਿਆਂ ਨੇ ਕਿਹਾ ਜੀ ਵੀ ਸਾਨੂੰ ਤਾਂ ਲੀਵ ਚਾਹੀਦੀ ਹੈ, ਵੀ ਅਸੀਂ ਇੰਨਾ ਕੰਮ ਕਦੇ ਕੀਤਾ ਨਹੀਂ ਜੀ, ਅਤੇ ਸਾਨੂੰ ਘੱਟੋ ਘੱਟ 3 ਦਿਨਾਂ ਦੀ ਲੀਵ ਚਾਹੀਦੀ ਹੈ। ਅਤੇ ਅਸੀਂ ਕਿਹਾ ਵੀ ਜੇ ਤੁਸੀਂ ਜਾਣਾ ਤਾਂ ਪਿੱਛੋਂ ਅਸੀਂ ਮੋਦੀ ਖਾਨੇ ਨੂੰ ਬੰਦ ਤਾਂ ਨਹੀਂ ਕਰ ਸਕਦੇ, ਚਲੋ
थोड़ा करांगे बहुता करांगे पर सेवा तो करांगे। सो वीर जी जदों माल खत्म होया तो मैं पहले दिन ही जिवें पंजाबी च कहावत ला लो भी पहली चोरी पहला फाहा, पहले दिन मैं समान खरीदण चले गया। नाल मेरे जथेबंदी वाले सिंह सीगे, अहीं जाके बाजार दे विच परसनली दुकानदारां नूं रिक्वेस्ट कीती ते दुकानदारां ने सानूं समान देता। असीं जदों दवाइयां परचेस करके गुरु नानक मोदी खाने पहुंचे उत्थे पहुंच के जदों असीं अपने बिल दे नाल माल टैली कर रहे सी ते रेट दा बहुत फर्क मेरे सामने आया, मैनूं लग्या भी शायद दुकान ते काम करन वाले लड़के ने रेट गलत लगा दिते आ। ते मैं आण के दुकानदार नूं फोन कीता, उहनूं होलसेलर नूं भी शायद तुहाडा बिल गलत बन गया भी दवाई दे उत्ते 120 रुपए दा प्रिंट है ते सानूं जिहड़ा रेट लगा उह 8 रुपए दा लगा। सो मैं उहनूं जदों गल कीती ते उहने हस के मेरा मजाक उड़ाया, ਕਹਿੰਦਾ ਭਾਈ ਸਾਹਿਬ ਕੀ ਗੱਲ ਪਹਿਲੀ ਵਾਰ ਦਵਾਈ ਲੈਣ ਆਏ ਹੋ। ਮੈਂ ਕਿਹਾ ਹਾਂਜੀ। ਇੱਥੇ ਮੈਂ ਇੱਕ ਵਾਰੀ ਤੁਹਾਨੂੰ ਪੁੱਛਣਾ ਚਾਹਾਂਗਾ, ਜਿਹੜਾ 8 ਰੁਪਏ ਦਾ ਰੇਟ ਸੀਗਾ ਉਹ ਪੱਤੇ ਦਾ ਰੇਟ ਹੈ ਜਿਹਦੇ ਵਿੱਚ 12 ਟੈਬਲੇਟਸ ਹੁੰਦੀਆਂ ਲਗਭਗ? ਜੀ ਜੀ ਜੀ। ਤੇ ਜਦੋਂ ਮੈਨੂੰ ਉਹਨੇ ਮਜ਼ਾਕ ਉਡਾਇਆ ਤੇ ਮੈਂ ਕਿਹਾ ਵੀ ਹਾਂਜੀ ਪਹਿਲੀ ਵਾਰ ਮੈਂ ਦਵਾਈ ਪਰਚੇਸ ਕੀਤੀ ਹੈ ਇੱਦਾਂ ਬਲਕ ਦੇ ਵਿੱਚ। ਆਮ ਘਰ ਵਾਸਤੇ ਦਵਾਈ ਲੈਂਦੇ ਰਹੇ ਹਾਂ ਵੀ ਆਮ ਜਦੋਂ ਦਵਾਈ ਲੈਣ ਜਾਣਾ ਤੇ 140 ਦਾ ਪ੍ਰਿੰਟ ਹੁੰਦਾ ਸੀ ਤੇ ਕੈਮਿਸਟ ਜਿਹੜਾ ਸੀ ਉਹ ਥੋੜਾ ਜਿਹਾ ਜਾਣਕਾਰ ਹੁੰਦਾ ਸੀ, ਉਹ ਕਹਿੰਦਾ ਸੀ ਵੀ ਵੀਰ ਜੀ ਤੁਹਾਨੂੰ 20% ਲੈਸ ਕਰਤੀ ਤੇ ਅਸੀਂ ਖੁਸ਼ੀ ਨਾਲ ਬਾਗੋ ਬਾਗ ਹੋ ਜਾਂਦੇ ਸੀ ਵੀ ਚੱਲ ਯਾਰ ਮੇਰੀ ਲਿਹਾਜ ਕਰਤੀ ਉਹਨੇ ਤੇ ਮੈਂ ਰੁਪਈਏ 28 ਬਚਾ ਕੇ ਘਰ ਆਇਆ। ਸੋ ਮੈਂ ਕਿਹਾ ਜੀ ਮੈਂ ਪਹਿਲੀ ਵਾਰੀ ਬਲਕ ਦੇ ਵਿੱਚ ਮੈਡੀਸਨ ਪਰਚੇਸ ਕੀਤੀ ਹੈ, ਮੈਂ ਤਾਂ ਪੁੱਛਿਆ। ਉਹ ਕਹਿੰਦਾ ਜੀ ਇਹਦਾ ਐਕਚੁਅਲ ਰੇਟ ਜਿਹੜਾ ਉਹ 8 ਰੁਪਈਏ ਹੀ ਹੈ। ਫਿਰ ਉਸ ਤੋਂ ਬਾਅਦ ਅਸੀਂ ਸਾਰੀਆਂ ਆਈਟਮਾਂ ਚੈੱਕ ਕੀਤੀਆਂ ਤੇ ਮੈਨੂੰ ਲੱਗਿਆ ਵੀ ਇਹ ਤੇ ਲੁੱਟ ਖਸੁੱਟ ਹੈ। ਤੇ ਫਿਰ ਗੁਰੂ ਨਾਨਕ ਸਾਹਿਬ ਵਾਲੀ ਗੱਲ ਚੇਤੇ ਆਈ, ਜਿੱਦਾਂ ਗੁਰੂ ਨਾਨਕ ਸਾਹਿਬ ਨੇ ਇੱਕ ਰੋਟੀ ਚੋਂ ਖੂਨ ਤੇ ਦੁੱਧ ਕੱਢ ਕੇ ਸਾਰਾ ਪ੍ਰਮਾਣ ਦਿੱਤਾ ਸੀਗਾ। ਤੇ ਮੈਨੂੰ ਲੱਗਿਆ ਵੀ ਯਾਰ ਆਪਾਂ ਇੱਥੇ ਬਹਿ ਕੇ ਦਵਾਈਆਂ ਦੀ ਸੇਵਾ ਕਰਨੀ ਹੈ ਤੇ ਗੁਰੂ ਸਾਹਿਬ ਦੀ ਸੋਚ ਨੂੰ ਘਰ ਘਰ ਪਹੁੰਚਾਉਣਾ। ਮਲਿਕ ਭਾਗੋ ਤੇ ਭਾਈ ਲਾਲੋ ਦਾ ਡਿਫਰੈਂਸ ਜਿਹੜਾ ਉਹ ਆਪਾਂ ਜ਼ਰੂਰ ਸੰਗਤ ਨੂੰ ਦੱਸਣਾ। ਸੋ ਫਿਰ ਉਹ ਗੱਲਾਂ ਨੂੰ ਮਨ 'ਚ ਲਿਆ ਕੇ ਅਸੀਂ ਇਹ ਵੀਡੀਓ ਬਣਾਈ ਤੇ ਇਕੱਲੀ ਇਕੱਲੀ ਦਵਾਈ ਦਾ ਰੇਟ ਜਿਹੜਾ ਉਹ ਸੰਗਤ ਦੇ ਸਾਹਮਣੇ ਰੱਖਿਆ ਜੀ। ਬਿਲਕੁਲ। ਉਸ ਤੋਂ ਬਾਅਦ ਜੀ ਮੈਂ ਅੱਗੇ ਇਸ ਪੂਰੇ ਵਿਸ਼ੇ ਦੇ ਉੱਤੇ ਗੱਲਬਾਤ ਤੁਹਾਡੇ ਨਾਲ ਜਾਰੀ ਰੱਖਾਂਗਾ ਜਿੰਦੂ ਸਾਹਿਬ। ਮਸਲਾ ਇੱਥੇ ਇਹ ਬਣਦਾ ਕਿ ਅੱਜ ਆਪਾਂ ਇਹ ਮੁੱਦਾ ਕਰ ਕਿਉਂ ਰਹੇ ਹਾਂ ਔਰ ਸਾਨੂੰ ਇਸ ਮੁੱਦੇ ਨੂੰ ਲਿਆਉਣ ਦੀ ਇਸ ਮੰਚ ਦੇ ਉੱਤੇ ਲੋੜ ਕਿਉਂ ਪਈ, ਉਹ ਜਾਣਨਾ ਸਾਡੇ ਲਈ ਜ਼ਰੂਰੀ ਹੈ। ਅੱਜ ਜਿੱਥੇ ਅਸੀਂ ਪੰਜਾਬ ਦੇ ਵਿੱਚ ਕਈ ਸਾਰੇ ਔਰਗਨਾਈਜੇਸ਼ਨਸ ਦੀ ਅਗਰ ਅਸੀਂ ਗੱਲ ਕਰੀਏ, ਉਹਨਾਂ ਨੂੰ ਅਸੀਂ ਇੱਥੋਂ ਦੀ ਡੋਨੇਸ਼ਨ ਭੇਜਦੇ ਹਾਂ ਜਾਂ ਫਿਰ ਅਸੀਂ ਆਪਣੇ ਪਿੰਡ ਨੂੰ ਅਡੋਪਟ ਕਰ ਲੈਂਦੇ ਹਾਂ ਜਾਂ ਫਿਰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਉੱਥੇ ਰਿਸ਼ਤੇਦਾਰਾਂ ਨੂੰ ਜਾਂ ਫਿਰ ਫੈਮਿਲੀ ਫਰੈਂਡਸ ਨੂੰ ਵੀ ਲਗਾਤਾਰ ਮਜ਼ਬੂਤ ਕਰਦੇ ਹਾਂ। ਪਰ ਮਜ਼ਬੂਤ ਤਾਂ ਸਾਡੇ ਫੈਮਿਲੀ ਫਰੈਂਡਸ ਜਾਂ ਫਿਰ ਉਹ ਔਰਗਨਾਈਜੇਸ਼ਨਸ ਜੋ ਕਿ ਪੰਜਾਬ ਦੀ ਸੇਵਾ ਦੇ ਲਈ, ਪੰਜਾਬ ਦੀ ਲੋਕ ਭਲਾਈ ਦੇ ਲਈ ਕੰਮ ਕਰ ਰਹੀ ਹੈ। ਪਰ ਇੱਥੇ ਮੁੱਦਾ ਇਹ ਬਣਦਾ, ਇੱਥੇ ਵਿਸ਼ਾ ਇਹ ਬਣਦਾ ਕਿ ਕੋਈ ਅਜਿਹੀ ਸੰਸਥਾ ਅੱਜ ਤੱਕ ਪੰਜਾਬ ਦੇ ਵਿੱਚ ਕਿਉਂ ਨਹੀਂ ਆਈ ਜਾਂ ਫਿਰ ਅਗਰ ਆਈ ਤਾਂ ਉਹਨੇ ਇਸ ਪਾਸੇ ਕਿਉਂ ਨਹੀਂ ਕੰਮ ਕੀਤਾ ਜੋ ਕਿ ਲੋਕ ਸੇਵਾ ਦੇ ਨਾਲ ਨਾਲ, ਮਾਨਵਤਾ ਦੀ ਸੇਵਾ ਦੇ ਨਾਲ ਨਾਲ, ਗੁਰੂ ਸਾਹਿਬ ਦੇ ਉਸ ਫਲਸਫੇ ਦੇ ਨਾਲ ਨਾਲ ਇਸ ਦੇ ਉੱਤੇ ਨਜ਼ਰ ਵੀ ਰੱਖੇ ਕਿ ਆਖਿਰਕਾਰ ਇੰਨਾ ਵੱਡਾ ਨੈਕਸਸ ਪੰਜਾਬ ਦੇ ਵਿੱਚ ਕਿਵੇਂ ਐਂਟਰ ਹੋ ਗਿਆ। ਬਿਨਾਂ ਸਰਕਾਰਾਂ ਦੇ, ਬਿਨਾਂ ਪ੍ਰਸ਼ਾਸਨ ਦੇ ਅਜਿਹੇ ਨੈਕਸਸ ਐਂਟਰ ਨਹੀਂ ਹੁੰਦੇ, ਲੇਕਿਨ ਅਗਰ ਹੋਏ ਤਾਂ ਫਿਰ ਉਸ ਆਵਾਜ਼ ਨੂੰ ਬੁਲੰਦ ਕਿਉਂ ਨਹੀਂ ਕੀਤਾ ਗਿਆ? ਕਿਉਂ ਅੱਜ ਬਲਜਿੰਦਰ ਸਿੰਘ ਜੰਦੀ ਹੋਰਾਂ ਦੀ ਜਿਹੜੀ ਆ ਜ਼ੁਰਤ ਪਈ, ਉਹਨਾਂ ਦੀ ਆਵਾਜ਼ ਜਦ ਵਿਸ਼ਵ ਭਰ ਦੇ ਵਿੱਚ ਉੱਠੀ ਤਾਂ ਫਿਰ ਕਿਵੇਂ ਕੁੰਭਕਰਨੀ ਨੀਂਦ ਸੋ ਰਹੀ ਸਰਕਾਰ ਨੂੰ ਵੀ ਮਜਬੂਰ ਹੋਣਾ ਪਿਆ? ਔਰ ਆਉਣ ਵਾਲੇ ਸਮੇਂ ਦੇ ਵਿੱਚ NRI ਭਰਾਵਾਂ ਨੂੰ ਇਸ ਮਸਲੇ ਦੇ ਉੱਤੇ ਕੀ ਕਰਨਾ ਚਾਹੀਦਾ? ਕਿਸ ਪੋਲੀਟੀਕਲ ਨੋਨ ਪੋਲੀਟੀਕਲ ਔਰਗਨਾਈਜੇਸ਼ਨ ਦੀ ਜਾਂ ਫਿਰ ਇੱਕ ਅਜਿਹੇ ਮੰਚ ਦੀ ਲੋੜ ਹੈ ਜੋ ਕਿ ਪੰਜਾਬ ਦੇ ਵਿੱਚ ਕੰਮ ਕਰ ਸਕੇ ਔਰ ਇਹਨਾਂ ਦੇ ਉੱਤੇ ਕਾਬੂ ਪਾ ਸਕੇ? ਕਿਉਂਕਿ ਅੱਜ ਜਿਹੜੀ 8 ਰੁਪਏ ਦਾ ਪੱਤਾ ਅਗਰ 120 ਰੁਪਏ ਦਾ ਵੇਚਿਆ ਜਾ ਰਿਹਾ ਔਰ ਕਈ ਹੋਰ ਵੀ ਅਜਿਹੀਆਂ ਦਵਾਈਆਂ ਜੋ ਕਿ ਕੈਂਸਰ ਦੇ ਲਈ ਯੂਜ਼ ਹੁੰਦੀ ਹੈ, ਪੰਜਾਬ ਦੀ ਅਗਰ ਮੈਂ ਮਾਲਵੇ ਰੀਜਨ ਦੀ ਗੱਲ ਕਰਾਂ, ਕਈ ਸਾਰੇ ਕੈਂਸਰ ਪੇਸ਼ੈਂਟਸ ਵੀ ਮਾਲਵੇ ਰੀਜਨ ਦੇ ਵਿੱਚ ਸਭ ਤੋਂ ਜ਼ਿਆਦਾ ਰਿਪੋਰਟਾਂ ਦੇ ਵਿੱਚ ਪਾਇਆ ਜਾਂਦਾ ਹੈ ਕਿ ਉੱਥੇ ਹੈਗੇ ਨੇ, ਔਰ 350 ਦੀ ਦਵਾਈ 3,500-4,000 ਰੁਪਏ ਤੱਕ ਵੀ ਬਕਾਇਦਾ ਵੇਚੀ ਜਾਂਦੀ ਹੈ। ਕਿਉਂ ਨਹੀਂ ਇਹਨਾਂ ਦੇ ਉੱਤੇ ਕਾਬੂ ਕੀਤਾ ਜਾਂਦਾ ਔਰ ਕੀ ਕੁਝ ਜਿਹੜੀ ਹੈ ਕਾਬੂ ਕਰਨ ਦੀ ਸਾਨੂੰ ਜ਼ਰੂਰਤ ਹੈਗੀ ਹੈ ਔਰ ਕਿਵੇਂ ਕਰ ਸਕਦੇ ਹਾਂ? NRI ਦਾ, ਸਾਡੇ ਭਰਾਵਾਂ ਦਾ, ਯਾਨੀ ਕਿ ਤੁਹਾਡਾ ਕਿਵੇਂ ਇਹਦੇ ਵਿੱਚ ਅਹਿਮ ਯੋਗਦਾਨ ਰਹਿ ਸਕਦਾ? ਇਸੇ ਦੇ ਉੱਤੇ ਕਰਾਂਗੇ ਵਿਚਾਰ। ਇਹੀ ਹੈ ਅੱਜ ਦਾ ਮੁੱਦਾ।
ਮਿਲਦੇ ਆ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਗੱਲ ਅੱਜ ਹੋ ਰਹੀ ਹੈ ਪੰਜਾਬ ਦੇ ਵਿੱਚ ਮੈਡੀਸਨ ਮਾਫੀਆ ਬਾਰੇ। ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਬਲਜਿੰਦਰ ਸਿੰਘ ਜਿੰਦੂ ਜਿਨ੍ਹਾਂ ਦੀ ਵੀਡੀਓ ਬਕਾਇਦਾ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਹੈ, ਔਰ ਮੈਡੀਸਨ ਅਗਰ ਗੱਲ ਕਰੀਏ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਲੁੱਟਖੋ ਮੈਡੀਸਨਸ ਨੂੰ ਲੈ ਕੇ ਹੋ ਰਹੀ ਹੈ। ਬਹੁਤ ਸਾਰੀਆਂ ਮੈਡੀਸਨਸ ਨੇ ਜੋ ਕਿ ਜਨਰਲ ਤੌਰ 'ਤੇ ਯੂਜ਼ ਹੁੰਦੀਆਂ ਹਨ, ਪਰ ਜਦੋਂ ਕੰਪਨੀ ਤੋਂ ਨਿਕਲਦੀਆਂ ਹਨ ਤਾਂ ਉਹਨਾਂ ਦਾ ਪ੍ਰਾਈਜ਼ ਅਗਰ 8 ਰੁਪਏ ਹੈ ਤਾਂ 120 ਰੁਪਏ MRP ਕਿਵੇਂ ਹੋ ਜਾਂਦਾ? ਇਸ ਦੇ ਉੱਤੇ ਵਧੇਰੀ ਜਾਣਕਾਰੀ ਲਈ ਲੈਂਦੇ ਹਾਂ, ਮੇਰੇ ਨਾਲ ਖੁਦ ਆਪ ਮੌਜੂਦ ਨੇ ਬਲਜਿੰਦਰ ਸਿੰਘ ਜਿੰਦੂ। ਬਲਜਿੰਦਰ ਜੀ, ਮੈਂ ਤੁਹਾਡਾ ਸਵਾਗਤ ਕਰਦਾ ਮੁੜ ਤੋਂ। ਮੈਨੂੰ ਆਹ ਦੱਸੋ ਕਿ ਅਗਰ ਅਸੀਂ ਫਾਰਮਾਸੂਟੀਕਲਸ ਕੰਪਨੀ ਦੀ ਗੱਲ ਕਰੀਏ, ਭਾਵੇਂ ਉਹ ਸਿਪਲਾ ਹੈ ਜਾਂ ਫਿਰ ਹੋਰ ਵੱਖ ਵੱਖ ਕੰਪਨੀਜ਼ ਨੇ ਜੋ ਕਿ ਇਹ ਦਵਾਈਆਂ ਬਣਾਉਂਦੀ ਹੈ, ਅਗਰ ਉਹ ਆਪਣੀ ਕੰਪਨੀ ਤੋਂ 10 ਰੁਪਏ ਤੁਰਦੀ ਹੈ ਉਹਦਾ ਪ੍ਰਾਈਸ, ਤਾਂ ਉਹ ਤੁਹਾਡੇ ਜਦ ਸ਼ੋਪ ਦੇ ਵਿੱਚ ਪਹੁੰਚ ਜਾਏ ਤਾਂ ਉਹਦਾ ਪ੍ਰਾਈਸ 120-130 ਕਿਵੇਂ ਹੋ ਜਾਂਦਾ? ਵਿੱਚ ਜਦੋਂ ਫਾਰਮਾਸਿਟੀਕਲ ਕੰਪਨੀਆਂ ਦਵਾਈ ਬਣਾਉਂਦੀਆਂ, ਰੇਟ ਉਦੋਂ ਹੀ ਲੱਗ ਜਾਂਦਾ ਹੈ ਜੀ। ਉਹਦਾ ਰੇਟ 10 ਰੁਪਏ ਵਾਲੀ ਦਵਾਈ ਦਾ 120 ਰੁਪਏ ਕੰਪਨੀਆਂ ਲਾਉਂਦੀਆਂ, ਅਸਲ ਦੇ ਵਿੱਚ ਗੜਬੜ ਇੱਥੇ ਹੀ ਹੈ। ਜਦੋਂ ਕੰਪਨੀ 10 ਰੁਪਏ ਵਾਲੀ ਦਵਾਈ ਤੇ 120 ਰੁਪਏ ਰੇਟ ਲਾਉਂਦੀਆਂ, ਤੇ ਉਸ ਤੋਂ ਬਾਅਦ ਜਿਹੜਾ ਹਿੰਦੁਸਤਾਨ ਦਾ DPC ਐਕਟ ਹੈ, ਡਰੱਗ ਪ੍ਰਾਈਸ ਕੰਟਰੋਲ ਐਕਟ, ਉਹ ਬੰਦੇ ਇਹਨੂੰ ਕਿਵੇਂ ਪਾਸ ਕਰਦੇ ਆ, ਇਹ ਸਮਝ ਤੋਂ ਬਾਹਰ ਹੋ ਜਾਂਦੇ ਆ ਕਿ ਉਹਨਾਂ ਬੰਦਿਆਂ ਨੂੰ ਵੀ ਪਤਾ ਵੀ ਜਿਹੜੀ ਜੈਨਰਿਕ ਦਵਾਈ ਦਾ ਰੌਲਾ ਇਹ ਪਾਉਂਦੇ ਆ ਵੀ ਇਹ ਜੈਨਰਿਕ ਹੈ, ਉਹ ਐਥੀਕਲ ਹੈ, ਵੀ ਇਹਨਾਂ ਨੂੰ ਤਾਂ ਕੋਈ ਖਰਚਾ ਹੀ ਨਹੀਂ ਪੈ ਰਿਹਾ। ਇਹਦਾ ਮਤਲਬ ਕੀ ਹੈ ਕਿ ਸਾਰੇ ਮਿਲੇ ਹੋਏ ਆ ਆਪਸ ਦੇ ਵਿੱਚ। 10 ਰੁਪਏ ਵਾਲੀ ਦਵਾਈ ਕੋਈ ਕੰਪਨੀ 120 ਰੁਪਏ ਰੇਟ ਲਾ ਰਹੀ ਹੈ। ਹੁਣ ਅਸੀਂ ਇਸ ਮੁੱਦੇ ਨੂੰ ਹੋਲਸੇਲ ਮਾਰਕੀਟ ਵਾਲਿਆਂ ਨਾਲ ਡਿਸਕਸ ਕੀਤਾ, ਉਹ ਕਹਿੰਦੇ ਜੀ ਸਾਨੂੰ 10 ਰੁਪਏ ਆਉਂਦੀ ਆ, ਅਸੀਂ ਤੇ 11 ਦੀ ਵੇਚਦੇ ਹਾਂ। ਅਸੀਂ ਰਿਟੇਲਰ ਨਾਲ ਡਿਸਕਸ ਕੀਤਾ, ਉਹ ਕਹਿੰਦਾ ਜੀ ਮੈਂ 11 ਦੀ ਲੈਣਾ, ਮੈਂ 20 ਦੀ ਵੇਚ ਦਿੰਦਾ। ਮੈਂ ਕਿਹਾ ਵੀ ਜੇ ਬਣਾਉਣ ਵਾਲਾ ਨਹੀਂ ਕਮਾਉਂਦਾ, ਜੇ ਸਪਲਾਈ ਕਰਨ ਵਾਲਾ ਨਹੀਂ ਕਮਾਉਂਦਾ, ਜੇ ਵੇਚਣ ਵਾਲਾ ਨਹੀਂ ਕਮਾਉਂਦਾ, ਫਿਰ ਰੇਟ 120 ਰੁਪਏ ਕਿਉਂ ਲੱਗਾ? ਇਸ ਗੱਲ ਦਾ ਕਿਸੇ ਕੋਲ ਕੋਈ ਜਵਾਬ ਨਹੀਂ। ਫਿਰ ਸਾਰੇ ਇਕੱਠੇ ਹੋ ਕੇ ਕਹਿ ਦਿੰਦੇ ਆ ਬਈ ਜੀ ਉਹ ਤੇ ਕੰਪਨੀ ਦੀ ਗੱਲ ਹੈ ਜੀ, ਕੰਪਨੀ ਨੂੰ ਜਾਣੋ ਜਾਂ ਸਰਕਾਰ ਨੂੰ ਘੇਰੋ। ਤੇ ਸਰਕਾਰ ਨੂੰ ਕੌਣ ਕਹੇ? ਗੱਲ ਤਾਂ ਇਹ ਹੈ ਵੀ ਇਹ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਭਾਰਤ ਦੀ, ਇਹ ਜਿਹੜਾ ਡਿਪਾਰਟਮੈਂਟ ਆ ਉਹਦੇ ਅੰਡਰ ਆਉਂਦਾ ਹੈ। ਹੁਣ BJP ਸਰਕਾਰ ਗੱਲਾਂ ਤੇ ਬਹੁਤ ਵੱਡੀਆਂ ਵੱਡੀਆਂ ਕਰ ਰਹੀ ਹੈ, ਜੇ ਰਾਤੋ ਰਾਤ ਨੋਟਬੰਦੀ ਕਰਕੇ ਲੋਕਾਂ ਦੇ ਘਰਾਂ ਦੇ ਵਿੱਚੋਂ ਪੈਸਾ ਕਢਾਇਆ ਜਾ ਸਕਦਾ ਹੈ, ਤੇ ਰਾਤੋ ਰਾਤ ਜਿਹੜਾ DPC ਐਕਟ ਆ ਉਹਦੇ ਅਧੀਨ 10 ਵਾਲੀ ਚੀਜ਼ ਦਾ 15 ਰੁਪਏ ਰੇਟ ਕਿਉਂ ਨਹੀਂ ਲਵਾਇਆ ਜਾ ਸਕਦਾ? ਹੁਣ ਦੇਖੋ ਸਾਡੇ ਪ੍ਰਧਾਨ ਮੰਤਰੀ ਕਿੱਡੇ ਸਿਆਣੇ। ਮੈਂ ਕੱਲ ਸੋਚਦਾ ਪਿਆ ਸੀ ਬੈਠਾ ਵੀ ਇਹ ਕਹਿੰਦੇ ਆ ਜੀ ਜੈਨਰਿਕ ਦਵਾਈਆਂ, ਜੈਨਰਿਕ ਦਵਾਈਆਂ 10 ਵਾਲੀਆਂ 120 ਰੇਟ ਲੱਗਾ, ਉਹਨੂੰ ਨਹੀਂ ਛੇੜਿਆ ਕਿਸੇ BJP ਵਾਲੇ ਨੇ, ਕਿਸੇ ਪ੍ਰਧਾਨ ਮੰਤਰੀ ਨੇ ਕੁਛ ਨਹੀਂ ਕਿਹਾ। ਉਹਦੇ ਬਰਾਬਰ ਜਨ ਔਸ਼ੋਧੀ ਕੇਂਦਰ ਖੋਲਤੇ, ਉਹ ਵੀ ਜੈਨਰਿਕ ਦਵਾਈਆਂ ਦੇ, ਉਹਦੇ ਉੱਤੇ ਰੇਟ ਜਿਹੜਾ ਉਹ 10 ਰੁਪਏ ਵਾਲੀ ਦਾ 10 ਰੁਪਏ ਲਾ ਦਿੱਤਾ, 15 ਵਾਲੀ ਦਾ 15 ਲਾ ਦਿੱਤਾ, ਜੋ ਹੁਣ ਪ੍ਰਚਾਰ ਕੀਤਾ ਜਾ ਰਿਹਾ ਵੀ ਜੇ ਤੁਸੀਂ ਉਹ ਖੋਲ ਰਹੇ ਹੋ ਉਹਨੂੰ ਖੋਲਣ ਦੀ ਲੋੜ ਤੇ ਤਾਂ ਪਵੇ ਜੇ ਪਹਿਲੀਆਂ ਦਵਾਈਆਂ ਨਾ ਆਉਂਦੀਆਂ ਹੋਣ। ਜਦੋਂ ਆਲਰੇਡੀ ਮਾਰਕੀਟ ਦੇ ਵਿੱਚ ਜੈਨਰਿਕ ਦਵਾਈਆਂ ਆ ਰਹੀਆਂ, ਤੁਸੀਂ ਉਹਨਾਂ ਦੇ ਰੇਟ ਕਿਉਂ ਨਹੀਂ ਠੀਕ ਕਰਦੇ? ਸੋ ਕਿਤੇ ਨਾ ਕਿਤੇ ਜਾ ਕੇ ਇਹਨਾਂ ਸਾਰਿਆਂ ਦੀ ਨੀਅਤ ਦੇ ਵਿੱਚ ਖੋਟ ਹੈ ਵੀਰ ਜੀ। ਕੁਦਰਤ ਦਾ ਵਰਤਾਰਾ ਵੇਖਿਆ ਸੱਪ ਖੇਡਦੇ ਮੋਰਾਂ ਨਾਲ, ਹੁਕਮਰਾਨ ਨੇ ਬੁਰਕੀ ਸਾਂਝੀ ਕਰ ਲਈ ਰਿਸ਼ਵਤ ਖੋਰਾਂ ਨਾਲ, ਕਿੱਥੇ ਜਾ ਕੇ ਰੋਈਏ ਰੱਬਾ ਕੁੱਤੀ ਰਲ ਗਈ ਚੋਰਾਂ ਨਾਲ। ਇਹ ਚੋਰ ਕੁੱਤੀ ਰਲ ਕੇ ਪੰਜਾਬ ਦੇ ਲੋਕਾਂ ਨੂੰ ਲੁੱਟ ਰਹੇ ਹੈ, ਪਰ ਹੁਣ ਗੱਲ ਇਕੱਲੀ ਪੰਜਾਬ ਦੀ ਨਹੀਂ, ਇਹ ਪੂਰੇ ਭਾਰਤ ਦੇਸ਼ ਦੇ ਵਿੱਚ ਲੁੱਟ ਖਸੁੱਟ ਤੇ ਠੱਗੀ ਦਾ ਵਪਾਰ ਜਿਹੜਾ ਇਹਨਾਂ ਲੋਕਾਂ ਦਾ ਚੱਲ ਰਿਹਾ ਹੈ ਜੀ। ਸੋ ਇਸੇ ਗੱਲ ਨੂੰ ਲੈ ਕੇ ਅਸੀਂ ਰੌਲਾ ਪਾਇਆ। ਜਦੋਂ ਰੌਲਾ ਪਾਇਆ, ਇਹਨਾਂ ਨੂੰ ਸਵਾਲ ਪੁੱਛਿਆ, ਇਹਨਾਂ ਕੋਲ ਕੋਈ ਜਵਾਬ ਨਹੀਂ ਸੀ। ਇਹਨਾਂ ਨੇ ਜਵਾਬ ਕੀ ਦਿੱਤਾ? ਜਦੋਂ ਅਸੀਂ ਇਹਨਾਂ ਨੂੰ ਸਵਾਲ ਕਰਨੇ ਸ਼ੁਰੂ ਕੀਤੇ, ਇਹਨਾਂ ਨੇ ਜਵਾਬ ਦਿੱਤਾ ਵੀ ਤੁਸੀਂ ਸਾਨੂੰ ਚੋਰ ਕਹਿਤਾ, ਅਸੀਂ ਚੋਰੀ ਕਰਦੇ ਨਹੀਂ, ਇਸ ਕਰਕੇ ਅਸੀਂ ਤੁਹਾਡੀ ਦਵਾਈ ਦੀ ਸਪਲਾਈ ਬੰਦ ਕਰ ਦਿੰਦੇ। ਅੱਛਾ, ਮਤਲਬ ਜਵਾਬ ਦੇਣ ਦੀ ਬਜਾਏ ਗੁਰੂ ਨਾਨਕ ਮੋਦੀ ਖਾਨੇ ਦੀ ਮੈਡੀਸਨ ਦੀ ਸਪਲਾਈ ਬੰਦ ਕਰ ਦਿੱਤੀ। ਹੁਣ ਇਹਦਾ ਜਵਾਬ ਤੇ ਆਪੇ ਮਿਲ ਗਿਆ। ਉੱਤੋਂ ਇਹ ਕਹਿੰਦੇ ਆ ਜੀ ਮਾਸਕ ਬੰਨ ਲਓ ਮੂੰਹ ਦੇ ਉੱਤੇ, ਸਰਕਾਰਾਂ ਕਹਿੰਦੀਆਂ ਮਾਸਕ ਕਿਉਂ ਬਣਾਉਂਦੇ ਆ ਵੀ ਕੋਈ ਬੰਦਾ ਗੱਲ ਹੀ ਨਾ ਕਰੇ, ਸਰਕਾਰ ਜੋ ਕਪਲੇ ਕਰ ਰਹੀ ਹੈ ਕੋਈ ਦੱਸਣ ਵਾਲਾ ਹੀ ਨਾ ਹੋਵੇ। ਔਰ ਮੈਂ ਹੈਰਾਨ ਆ ਵੀਰ ਜੀ, ਮੇਰੀ 40 ਸਾਲ ਦੀ ਉਮਰ ਹੈ ਤੇ 40 ਸਾਲ ਦੇ ਵਿੱਚ ਮੈਂ ਅੱਜ ਤੱਕ ਕਦੇ 120 ਰੁਪਏ ਵਾਲਾ ਮੈਡੀਸਨ ਦਾ ਪੱਤਾ ਮੈਂ ਨਹੀਂ ਕਦੇ ਵੀਰ ਜੀ 20 ਰੁਪਏ ਚ ਖਰੀਦਿਆ, ਨਹੀਂ ਤੇ ਮੈਂ ਪਹਿਲਾਂ ਹੀ ਰੌਲਾ ਪਾ ਲੈਂਦਾ। ਮੈਂ ਤੇ ਤੁਹਾਨੂੰ ਠੋਕ ਕੇ ਕਹਿ ਰਿਹਾ ਵੀ ਪਹਿਲੇ ਦਿਨ ਦਵਾਈ ਖਰੀਦਣ ਗਏ ਆ ਤੇ ਪਹਿਲੇ ਦਿਨ ਹੀ ਜਦੋਂ ਲੱਗਿਆ ਵੀ
जी दहाकिया तो जो चलना आ रहे उन्हों चलन दे। सो मेरे नाल इन्हां ये लड़ाई शुरू की तो मैं एक गल कही भी भाई मैं तो बाबे नानक की आइडियोलॉजी नूं फॉलो करदा मैं नहीं ये काम कर सकता मैं तो जो भा खरीदना तो मैं वेचना तो मैं संगत नूं अगाह भी करना जी। मेरी सेवा जिहड़ी गुरु नानक साहब ने लाई है तो असीं अपना फर्ज निभाते हुए वीर जी ये लोगों के सामने गल लियाउंदी है तो उस तो बाद सानू बड़िया मुश्किलों का सामना करना पै रहा पर गुरु साहब की कृपा नाल असीं ये लड़ाई निरंतर तौर पर लड़ रहे जी। सो लगातार वही गल सामने आती है कि ये कितने ना कितने दबाव ज प्रैशर असी कहीए या फिर हल्लाशेरी असी कहीए इन कंपनियों केंद्र सरकार की तरफों आती है पर जब गल ए स्टेट गवर्नमेंट की आती है तो मैं जिद्दू साहब थोड़े तो जरूर जाना चाहवागा लुधियाने के बकायदा गुरु नानक मोदीखाना मौजूद है उत्थे दे प्रशासन वालों तुहानू कोई मदद या फिर कोई लग्या होए कि हाँ ठीक है इत्थे दे भी प्रशासन या फिर एम पी एम एल एज या पुलिस अथॉरिटी वालों तुहानू कोई आश्वासन दिता गया कि यस वी आर वर्किंग ऑन दिस सिचुएशन आप काम कर रहे हैं और आने वाले समय के नतीजे जोड़े है लोगों के हक के आने पेशेंटा के हक के आने लुधियाने च बैठिया ये गल शुरू हुई पूरी दुनिया दे विच गल फैल चुकी है कोई ऐसी कंट्री कोई ऐसी ऐसा मीडिया चैनल नहीं जिथे आपां ये गल नहीं कीती पर जे नहीं फोन आया तो लुधियाना पुलिस कमिश्नर का नहीं आया जे नहीं फोन आया तो लुधियाना डिप्टी कमिश्नर का नहीं आया जे नहीं किसी ने बांह फड़ी तो लुधियाने वाले मंत्री ने जो बंब धमाकिया वाला मंत्री है उन्हें नहीं फड़ी साड़ी बांह। तो इन्हां लोकां दे आस्था की करनी है वीर जी ये जो बंब धमाके वाला मंत्री है ये बंदा तो खुद उन्होंने नाल लग के लुट खसुट करा रहा फिलहाल एक ब्रेक लिए रुक रहे हैं ब्रेक तो बाद लगातार खास पेशकश मुद्दे की अज इस विषय के उत्ते जारी रहेगी। ब्रेक तो बाद स्वागत है गल हो रही है पंजाब दे विच मेडिसिन माफिया बारे इस नैक्सस बारे और बलजिंदर सिंह जिंदू जिन्होंने इस मुद्दे को चुकया पंजाब दे विच ब्रेक तो जाने तो पहला सवाल इन्हों तो लिता सीगा कि प्रशासन वालों या फिर अगर लुधियाने की गल की जाए तो लुधियाने के मौजूद पुलिस कर्मियों वालों या फिर सीनियर ऑफिसर वालों या फिर एम एल ए एम पी वालों कि वालों मोदी खाने यानी कि गुरु नानक मोदी खाने सपोर्ट मिले या फिर अगर असी स्टेट गवर्नमेंट की गल करिए पंजाब गवर्नमेंट की गल करिए कैप्टन अमरिंदर सिंह होर ने भी बकायदा इस मुद्दे को लैके अपने कमेंट दिते सीगे पर लुधियाना स्पैसीफिक अगर असी गल करिए बलजिंदर सिंह जिंदू जिन्हों का खुद आप लुधियाने विखे गुरु नानक मोदी खाना मौजूद है साढ़े लगातार जुड़े हुए हैं जिंदू जी ब्रेक तो जाने तो पहला थोड़े तो गल हो रही थी लुधियाने के प्रशासन वालों या किसी वालों तो आश्वासन दिता गया हो या फिर मौजूदा अगर असी एम पी या एम एल ए की गल की गए तो किन्ने तुहाडी बांह फड़ी मैं इस गल जरूर मानता कि तुहाडे उत्ते प्रैशर किया गया तुहाडा बकायदा जिहड़ी मेडिसिन सीगी वह नहीं स्टोर के पहुँचाई गई वो उत्ते रोक ला दी गई किहड़े होर प्रैशरस या फिर अगर असी कहिए कि तुहाडे उत्ते इस टाइम प्रैशर बनाया होया वीर जी साढ़े ते एक ते सब तो वड्डा प्रैशर यही है भी जिहड़ी मेडिसिन दी सप्लाई सी वो होलसेल मार्केट वालियां ने रोक दित्ती उहदा कारण की है मैं तुहानू खुल के दसदा साढ़े इत्थे मीडिया रोज आउंदा गुरु नानक मोदी खाने सैकड़े की तादाद दे विच लोग लाइनां च लग के उत्थों दवाई लै रहे हुंदे है जो कोई दवाई लैके निकलता मीडिया उन्हों कवर करता उसके बयान लेंदा अपने चैनल से एक वीर ने कितने आके बयान देता जी भी मैं 260 रुपए का पत्ता गुरमेल मैडिकल स्टोर जिहड़ा कि लुधियाने दे विच इस मेडिसिन माफिया का सगना है जिहड़ा मैं अज तक नहीं किया सी पर अज मैं पहली बार यह गल कह रहा जिहड़ा सरगना है इस माफिया का गुरमेल मैडिकल हाल वाला ਉਹਦਾ ਨਾਂ ਲੈ ਕੇ ਉਹਨੇ ਕਿਹਾ ਸੀ ਵੀ ਇਹ ਪੱਤਾ ਮੈਂ ਉਹਦੇ ਕੋਲ 260 ਦਾ ਲਿਆ ਸੀ ਤੇ ਮੈਨੂੰ ਗੁਰੂ ਨਾਨਕ ਮੋਦੀ ਖਾਨੇ ਤੋਂ 36 ਰੁਪਏ ਦਾ ਮਿਲਿਆ ਇਹਦੇ ਵਿੱਚ ਮੈਨੂੰ ਨਹੀਂ
ਪਤਾ ਵੀ ਇਹ ਬਿਆਨ ਕਦੋਂ ਨੋਟ ਹੋਇਆ, ਕਦੋਂ ਮੀਡੀਆ 'ਚ ਚੱਲਿਆ। ਉਸ ਬੰਦੇ ਨੇ ਬਲਜਿੰਦਰ ਸਿੰਘ ਜੀ, ਇੱਥੇ ਮੈਂ ਗੱਲ ਤੁਹਾਨੂੰ ਪੁੱਛਣਾ ਚਾਹਾਂਗਾ, ਜੇ ਤੁਹਾਡੇ ਕੋਲ ਉਹ 36 ਰੁਪਏ ਦਾ ਹੈਗਾ ਤਾਂ ਉੱਥੇ ਉਹ 236 ਦਾ ਕਿਉਂ ਹੈਗਾ? ਐਮ ਆਰ ਪੀ ਦਾ ਫਰਕ ਹੈ ਜਾਂ ਫਿਰ ਉਹ ਲੁੱਟਖੋ ਕਰ ਰਹੇ ਨੇ? ਐਮ ਆਰ ਪੀ 236 ਹੋਣੀ ਹੈ ਨਾ ਵੀਰ ਜੀ, ਉਹ ਐਮ ਆਰ ਪੀ ਤੇ ਵੇਚਦਾ, ਅਸੀਂ ਪਰਚੇਸਿੰਗ ਕਾਸਟ ਤੇ ਵੇਚਦੇ ਹਾਂ। ਫਰਕ ਇਹ ਹੈ ਵੀ ਅਸੀਂ ਜਿਹੜਾ ਕੰਟਰੋਲ ਰੇਟ ਤੇ ਮੈਡੀਸਨ ਜੋ ਖਰੀਦਦੇ ਹਾਂ ਉਹ ਰੇਟ ਵੇਚਦੇ ਹਾਂ, ਉਹ ਬੰਦਾ ਚੰਮ ਲਾਉਂਦਾ। ਹੁਣ ਗੱਲ ਇਹ ਵੀਰ ਜੀ, ਉਸ ਬੰਦੇ ਨੇ ਸਾਰੀ ਮਾਰਕੀਟ ਨੂੰ ਡਰਾ ਕੇ ਰੱਖਿਆ ਹੋਇਆ ਵੀ ਜਦੋਂ ਤੱਕ ਮੈਂ ਅਲਾਓ ਨਹੀਂ ਕਰਦਾ ਤੁਸੀਂ ਇਸ ਗੁਰੂ ਨਾਨਕ ਮੋਦੀ ਖਾਨੇ ਨੂੰ ਮੈਡੀਸਨ ਨਹੀਂ ਦੇਣੀ। ਹੁਣ ਉਹ ਵੀਰ ਜੀ ਬਹੁਤ ਪੁਰਾਣਾ ਜਿਹੜਾ ਇਸ ਕੰਮ ਦਾ ਕਰਿੰਦਾ ਹੈ, ਉਸ ਬੰਦੇ ਨੇ ਕਰੋੜਾਂ ਅਰਬਾਂ ਰੁਪਈਆ ਇਸ ਕੰਮ ਚੋਂ ਕਮਾਇਆ। ਉਸ ਬੰਦੇ ਦੇ ਵਪਾਰ ਨੂੰ, ਈਗੋ ਨੂੰ ਸੱਟ ਵੱਜੀ, ਲੋਕਾਂ ਨੇ ਮਾਰੀ ਤੇ ਉਹਨੇ ਗੁਰੂ ਨਾਨਕ ਮੋਦੀ ਖਾਨੇ ਦੀ ਦਵਾਈ ਬੰਦ ਕਰਤੀ। ਹੁਣ ਉਹਦਾ ਇੰਨਾ ਟੈਰਰ ਦਹਿਸ਼ਤ ਕਿਉਂ ਹੈ? ਕਿਉਂਕਿ ਉਹਦੀ ਸਾਂਝ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਹੈ, ਉਹ ਉਹਨਾਂ ਦੇ ਘਰੇ ਆ ਕੇ ਠਹਿਰਦੇ ਹੈ, ਉਹਦੀ ਵੱਡੇ ਘਰ ਨਾਲ ਯਾਰੀ ਹੈ। ਇਸ ਕਰਕੇ ਉਹ ਬੰਦਾ ਸਾਡੇ ਤੇ ਧੱਕਾ ਕਰ ਰਿਹਾ, ਸਾਡੇ ਨਾਲ ਨਜਾਇਜ਼ ਕਰ ਰਿਹਾ। ਉਹ ਸ਼ਰੇਆਮ ਕਹਿ ਰਿਹਾ ਕਿ ਮੈਂ ਮੈਡੀਸਨ ਨਹੀਂ ਦੇਣੀ। ਜਿਹੜੇ ਉਹਦੇ ਮੁੰਡੇ ਹੈ ਉਹਨਾਂ ਨੇ ਇਹ ਲੜਾਈ ਪਾਈ ਹੈ ਵੀ ਗੁਰੂ ਨਾਨਕ ਮੋਦੀ ਖਾਨੇ ਨੂੰ ਦਵਾਈ ਨਹੀਂ ਦੇਣੀ ਜੀ। ਜਿੰਦੂ ਸਾਹਿਬ ਕਾਫੀ ਸਾਰੇ ਦਵਾਈ ਜਿਹੜੀ ਆ ਉਹ ਰੋਕੀ ਜਾ ਰਹੀ ਹੈ। ਬਿਲਕੁਲ, ਕਾਲਰਸ ਕਾਫੀ ਸਾਰੇ ਸਾਡੇ ਨਾਲ ਮੌਜੂਦ ਨੇ, ਉਹ ਵੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ, ਆਪਣੀ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੇ ਨੇ। ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਮਿਹਰਬਾਨੀ, ਤੁਸੀਂ ਕਿੱਥੋਂ ਬੋਲ ਰਹੇ ਹੋ? ਮੈਂ ਕੈਂਸਰ ਸਿਟੀ ਤੋਂ ਬੋਲਦਾ। ਕੈਂਸਰ ਸਿਟੀ ਤੋਂ, ਮਿਹਰਬਾਨੀ ਜੀ। ਹਾਂਜੀ ਦੱਸੋ। ਮੈਂ ਕਹਿ ਰਿਹਾ ਕਿ ਇਸ ਵਿਸ਼ੇ ਦੇ ਉੱਤੇ ਜਿੱਥੇ ਲਗਾਤਾਰ ਅਸੀਂ ਗੱਲ ਕਰ ਰਹੇ ਹਾਂ, ਐਨ ਆਰ ਆਈ ਭਰਾਵਾਂ ਨੂੰ ਸਾਨੂੰ ਇਸ ਮੁੱਦੇ ਦੇ ਉੱਤੇ ਕਿਸ ਤਰੀਕੇ ਨਾਲ ਮਦਦ ਵੀ ਕਰਨੀ ਚਾਹੀਦੀ ਹੈ ਜਾਂ ਫਿਰ ਸਾਨੂੰ ਕੀ ਉਲੀਕਣਾ ਚਾਹੀਦਾ ਹੈ ਇਨ ਫਿਊਚਰ ਕਿ ਅਸੀਂ ਇਸ ਦੇ ਉੱਤੇ ਰੋਕਥਾਮ ਕਰ ਸਕੀਏ? ਦੇਖੋ ਦੇਖੋ, ਸਾਨੂੰ ਡਟ ਕੇ ਮਦਦ ਕਰਨੀ ਚਾਹੀਦੀ ਹੈ ਜੀ। ਜੀ ਮਿਹਰਬਾਨੀ ਭਰਾਵਾਂ, ਸਾਰਿਆਂ ਨੂੰ ਮਿਲ ਕੇ ਨਾ ਡਟ ਕੇ ਮਦਦ ਕਰੋ ਤੇ ਜਿੰਦੂ ਭਾਜੀ ਹੁਣਾਂ ਨੂੰ ਕਾਮਯਾਬ ਕਰੋ ਉੱਥੇ ਜੀ। ਜੀ ਜੀ ਜੀ, ਕਿਉਂਕਿ ਹਰ ਬੰਦਾ ਕਮ ਸੇ ਕਮ ਦਵਾਈ ਤਾਂ ਲੈ ਸਕੇ ਜੀ। ਜੀ ਜੀ ਜੀ, ਕਈ ਬੰਦਿਆਂ ਕੋਲ ਪੈਸੇ ਨਹੀਂ ਹੁੰਦੇ ਦਵਾਈ ਲੈਣ ਲਈ, ਜੋ ਹਿਸਾਬ ਤਾਂ ਮੈਂ ਦੇਖਿਆ ਇਹਨਾਂ ਦਾ ਜੀ। ਜੀ ਮਿਹਰਬਾਨੀ, ਮਿਹਰਬਾਨੀ, ਮਿਹਰਬਾਨੀ ਤੁਹਾਡੀ, ਮਿਹਰਬਾਨੀ। ਸਾਡੇ ਨਾਲ ਡਾਕਟਰ ਮਨਵੀਰ ਸਿੰਘ ਵੀ ਲਗਾਤਾਰ ਜੁੜੇ ਹੋਏ ਨੇ ਬੇਕਰਸਫੀਲਡ ਕੈਲੀਫੋਰਨੀਆ ਤੋਂ, ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਮੁੱਦੇ ਦੇ ਉੱਤੇ। ਪੰਜਾਬ, ਅਗਰ ਇੰਡੀਆ ਦੀ ਗੱਲ ਕਰੀਏ ਤਾਂ ਉੱਥੇ ਕਿਵੇਂ ਕੰਮ ਕਰਦੀ ਹੈ ਡਰੱਗ ਅੱਗੇ ਰਸ਼ੀ ਫਾਰਮਾਸੂਟੀਕਲਸ ਕੰਪਨੀਜ਼ ਦੀ ਗੱਲ ਕਰੀਏ, ਪਰ ਅਮੈਰੀਕਾ ਦੇ ਵਿੱਚ ਕਿਸ ਤਰੀਕੇ ਦਾ ਲਾਅ ਹੈ ਉਹਦੇ ਉੱਤੇ ਥੋੜ੍ਹਾ ਚਾਨਣਾ ਪਾਉਂਦੇ ਹਾਂ। ਡਾਕਟਰ ਮਨਵੀਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ, ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਇਸ ਮੁੱਦੇ ਦੇ ਉੱਤੇ। ਬੇਚੀ ਜਾਂਦੀ ਹੈ ਤੇ ਉਸ ਤੇ ਕੰਟਰੋਲ ਨਹੀਂ ਹੋ ਪਾ ਰਿਹਾ। ਹੁਣ ਇੱਥੇ ਸਾਡੇ ਇੱਥੇ ਜਿਹੜਾ ਐਗਜੀ ਹੈ ਡਰੱਗ ਐਡਮਿਨਿਸਟ੍ਰੇਸ਼ਨ, ਉਹ ਜਦ ਤੱਕ ਦਵਾਈ ਅਪਰੂਵ ਨਾ ਹੋ ਜਾਏ ਉਹ ਫਾਰਮੇਸੀ ਤੱਕ ਆ ਨਹੀਂ ਸਕਦੀ। ਉਹ ਜਿਹੜੀ ਫਾਰਮੇਸੀ ਤੇ ਦਵਾਈਆਂ ਆਉਂਦੀਆਂ ਉਹ DEA ਡਿਪਾਰਟਮੈਂਟ ਜਿਹੜਾ ਹੈ ਉਹਦੇ ਵੱਲੋਂ ਅਪਰੂਵਲ ਹੁੰਦੀ ਹੈ, ਤਾਂ ਜਾ ਕੇ ਉਹ ਦਵਾਈਆਂ ਦਾ ਅੱਗੋਂ ਕੁਛ ਹੁੰਦਾ ਹੈਗਾ। ਤੇ ਜਿਹੜੇ ਫਾਰਮਾਸਿਸਟ ਆਉਂਦੇ ਆ ਉਹ ਬੜੇ ਉਹ ਲਾਇਸੈਂਸ ਫਾਰਮਾਸਿਸਟ ਆਉਂਦੇ ਆ ਤੇ ਵਿਦਆਊਟ ਪ੍ਰਿਸਕ੍ਰਿਪਸ਼ਨ ਉਹਨਾਂ ਨੂੰ ਅਥਾਰਟੀ ਨਹੀਂ ਹੁੰਦੀ ਕਿ ਆਪਣੀ ਦਵਾਈ ਦੇ ਸਕਣ। ਬੈਕਅਪ ਹੋਣਾ ਚਾਹੀਦਾ ਹੈਗਾ ਕਿ ਜਿਹੜੇ ਸ਼ਾਸਨ ਵੱਲੋਂ ਹੋਣਾ ਚਾਹੀਦਾ
बिलकुल 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 मेहरबानी थोड़ी डॉक्टर साहब जी तुम सा जुड़े इस मुद्दे के उत्ते अपने विचार सा रखे डॉक्टर मनवीर सिंह फ्रॉम बेकरसफील्ड कैलिफोर्निया उन्होंने अपने विचार रखे मैं जिंदू साहब को जाना चाहना जिंदू साहब जेकर हूँ असं गल करिए एन आर आई भरावान की मदद की गुहार तुम एन आर आई भरावान तो चाहते हो और की कुछ उन्होंने सुनेहा देना चाहते हो तुम अच्छ खुलासा करता और यह भी असं वेख पा रहे कि तुहाडे उत्ते हुण जिहड़ा प्रैशर भी बकायदा किया गया मैडिकल सप्लाई भी रोकी गई और आने वाले समय के कुछ होर भी प्रैशर जिहड़ा हैगा असं वेख सकते होएगा पर की दरख्वास्त कराऊंगे एन आर आई भरावान ਜਿਥੋਂ ਤੱਕ ਤੇ ਗੱਲ ਪ੍ਰੈਸ਼ਰ ਦੀ ਏ ਤੇ ਮੈਂ ਤੇ ਗੁਰੂ ਨਾਨਕ ਦੇ ਘਰ ਨੂੰ ਮੰਨਦਾ ਤੇ ਉੱਥੇ ਇੱਕ ਬੜੀ ਗੱਲ ਮਸ਼ਹੂਰ ਹੈ ਵੀ ਭਾਵੇਂ ਗੱਦੀ ਤੇ ਭਾਵੇਂ ਕੋਈ ਥਾਂ ਹੋਵੇ ਕੋਈ ਕਬਜ਼ੇ ਲਈ ਮਰਿਆ ਜ਼ਰੂਰ ਦੱਸੀ ਭਾਵੇਂ ਬਾਬਰ ਤੇ ਭਾਵੇਂ ਔਰੰਗ ਹੋਵੇ ਤਰਲਾ ਕਿਸੇ ਦਾ ਜੇ ਕਰਿਆ ਜ਼ਰੂਰ ਦੱਸੀ ਪੁੱਤ ਅੱਖਾਂ ਦੇ ਸਾਹਮਣੇ ਗਏ ਵਿੰਨੇ ਹੌਂਕਾ ਗੁਰੂ ਨੇ ਜੇ ਭਰਿਆ ਜ਼ਰੂਰ ਦੱਸੀ ਤੱਤੀ ਤਵੀ ਤੋਂ ਲੈ ਕੇ ਠੰਡੇ ਬੁਰਜ ਤੀਕਣ ਜੇ ਕੋਈ ਹਾਕਮ ਤੋਂ ਡਰਿਆ ਜ਼ਰੂਰ ਦੱਸੀ ਸੋ ਮੈਂ ਉਸ ਘਰ ਨੂੰ ਮੰਨਦਾ ਜਿੱਥੇ ਡਰਨਾ ਦਾ ਕੋਈ ਚੀਜ਼ ਨਹੀਂ ਗੱਲ ਇਹ ਵੇ ਵੀ ਸਾਡੀ ਇਹਨਾਂ ਨੇ ਦਵਾਈ ਰੋਕਤੀ ਹੈ ਗੱਲ ਇਹ ਵੇ ਇਹਨਾਂ ਲੋਕਾਂ ਨੇ ਸਾਡੇ ਨਾਲ ਇੱਕ ਮਾਈ ਹਰਕ੍ਰਿਸ਼ਨ ਕੌਰ ਨਾਂ ਦਾ ਟਰੱਸਟ ਹੈ ਉਹਨਾਂ ਦੀ ਇੱਕ ਕਮਿਊਨਿਟੀ ਸੈਂਟਰ ਹੈ ਕਟਾਣੀ ਕਲਾ ਪਿੰਡ ਆ ਲੁਧਿਆਣੇ ਲਾਗੇ ਉੱਥੋਂ ਦਾ ਉਹ ਪਰਿਵਾਰ ਹੈ ਉਹ ਪਰਿਵਾਰ ਇਹਨਾਂ ਦੇ ਡਰ ਤੋਂ ਇਹਨਾਂ ਦੇ ਕਹੇ ਤੇ ਚੱਲ ਕੇ ਉਹਨੇ ਸਾਡੇ ਗੁਰੂ ਨਾਨਕ ਮੋਦੀ ਖਾਨੇ ਸੱਤ ਬੰਦਿਆਂ ਦਾ ਸਟਾਫ ਹੈ ਜਿੱਥੇ ਦੋ ਕੁੜੀਆਂ ਵੀ ਕੰਮ ਕਰਦੀਆਂ ਯਾਰ ਉਹਨਾਂ ਸਾਡਾ ਵਾਸ਼ਰੂਮ ਲੌਕ ਕਰਤਾ ਬੰਦ ਕਰਤਾ ਅਸੀਂ ਉਹ ਕਮਿਊਨਿਟੀ ਸੈਂਟਰ 'ਚ ਬੈਠਦੇ ਸੀ ਉਹਨਾਂ ਉਹ ਵੀ ਬੰਦ ਕਰਤਾ ਸੋ ਸਾਨੂੰ ਕੋਈ ਨਹੀਂ ਅਸੀਂ ਤਾਂ ਸੜਕ ਤੇ ਬਹਿ ਕੇ ਵੀ ਗੁਜ਼ਾਰਾ ਕਰੀ ਜਾਂਦੇ ਹਾਂ ਔਰ ਉਹ ਬੱਚੀਆਂ ਵਿਚਾਰੀਆਂ ਜੇ ਕਿਤੇ ਵਾਸ਼ਰੂਮ ਜਾਣਾ ਹੋਵੇ ਤੇ ਉਹਨਾਂ ਨੇ ਉਹ ਲੌਕ ਲਾਤਾ ਉਹ ਬੜਾ ਦੁੱਖ ਹੈ ਸੋ ਕਈ ਐਨ ਆਰ ਆਈ ਵੀਰਾਂ ਦਾ ਲਿੰਕ ਹੁੰਦਾ ਕਟਾਣੀ ਕਲਾਂ ਪਿੰਡ ਦੇ ਵਿੱਚ ਤੇ ਮੇਰੀ ਬੇਨਤੀ ਹੈ ਘੱਟੋ ਘੱਟ ਉਸ ਬੰਦੇ ਨੂੰ ਲਾਹਨਤ ਪਾਓ ਯਾਰ ਜਿਹੜਾ ਇਹ ਬੰਦਾ ਕੰਮ ਕਰ ਰਿਹਾ ਵੀ ਬੱਚੀਆਂ ਨੂੰ ਵਾਸ਼ਰੂਮ ਨਹੀਂ ਜਾਣ ਦੇਣਾ ਗੁਰਦੁਆਰਾ ਉਹਨੂੰ ਤਾਲਾ ਲਾ ਦਿੱਤਾ ਕਮਿਊਨਿਟੀ ਸੈਂਟਰ ਆ ਉਹਨੂੰ ਤਾਲਾ ਲਾ ਦਿੱਤਾ ਗੱਲਾਂ ਸੇਵਾ ਦੀਆਂ ਕਰਦੇ ਆ ਅਸੀਂ ਇੱਥੇ ਕੀ ਕਰ ਰਹੇ ਹਾਂ ਸੋ ਉਸ ਬੰਦੇ ਤੱਕ ਜੇ ਤੁਹਾਡਾ ਲਿੰਕ ਹੋਵੇ ਤਾਂ ਸਾਡੀ ਮਦਦ ਕਰੋ ਵੀ ਉਹ ਤਾਲੇ ਖੁਲਵਾਓ ਜਿਹੜੀ ਮੈਂ ਚਾਹੁੰਦਾ ਦੂਸਰੀ ਗੱਲ ਇਹ ਵੇ ਵੀ ਬੜੇ ਮੇਰੇ ਨਾਂ ਤੇ ਸੋਸ਼ਲ ਮੀਡੀਆ ਤੇ ਪੇਜ ਬਣ ਰਹੇ ਨੇ ਗੁਰੂ ਨਾਨਕ ਮੋਦੀ ਖਾਨੇ ਦੇ ਬਲਜਿੰਦਰ ਸਿੰਘ ਜਿੰਦੂ ਦੇ ਉਹਨਾਂ ਤੇ ਬਹੁਤ ਪੋਸਟਾਂ ਮੰਗੀਆਂ ਜਾਂਦੀਆਂ ਸਾਡੀ ਮਦਦ ਕਰੋ ਮੇਰਾ ਕੋਈ ਵੀ ਪੇਜ ਨਹੀਂ ਜੇ ਹੈਗਾ ਅਸੀਂ ਕਿਸੇ ਨੇ ਕਿਸੇ ਤੋਂ ਮਦਦ ਨਹੀਂ ਮੰਗੀ ਜਦੋਂ ਤੁਸੀਂ ਕੋਈ ਸੇਵਾ ਕਰਨੀ ਚਾਹੁੰਦੇ ਹੋ ਗੁਰੂ ਨਾਨਕ ਮੋਦੀ ਖਾਨੇ ਵਿਜ਼ਿਟ ਕਰ ਸਕਦੇ ਹੋ ਕਿਸੇ ਭੈਣ ਭਰਾ ਦੀ ਡਿਊਟੀ ਲਾ ਦਿਓ ਜਿਹੜੇ ਨਹੀਂ ਕਰ ਸਕਦੇ ਜਦੋਂ ਤੁਹਾਡਾ ਸਿੱਧਾ ਰਾਬਤਾ ਸਾਡੇ ਨਾਲ ਨਾ ਹੋਵੇ ਮੇਰੀ ਬੇਨਤੀ ਹੈ ਕਿਸੇ ਨੂੰ ਕੋਈ ਮਦਦ ਨਾ ਕਰਿਓ ਕਿਉਂਕਿ ਸਾਨੂੰ ਬਹੁਤੇ ਪੈਸੇ ਦੀ ਲੋੜ ਨਹੀਂ ਮੈਂ ਪਹਿਲਾਂ ਕਹਿ ਦਿਆਂ ਕਿਉਂਕਿ ਅਸੀਂ ਸੇਵਾ ਜਿਹੜੀ ਸ਼ੁਰੂ ਕੀਤੀ ਸੀ ਨਾ ਇਨੀਸ਼ੀਅਲ ਇਨਵੈਸਟਮੈਂਟ ਜਿਹੜੀ ਸੀਗੀ ਉਹ ਜਥੇਬੰਦੀ ਵੱਲੋਂ ਥੋੜਾ ਥੋੜਾ ਕਰਕੇ ਅਸੀਂ ਕਰ ਲਿਆ ਸੀ ਠੀਕ ਹੈ ਹੋਰ ਵੀ ਜਦੋਂ ਲੋੜ ਪੈਂਦੀ ਬਹੁਤ ਸੰਗਤ ਸਾਨੂੰ ਪੰਜਾਬ 'ਚੋਂ ਵੀ ਸਾਥ ਦੇ ਰਹੀ ਹੈ ਅਸੀਂ ਉਹ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਇਹ ਸੇਵਾ ਕਰ ਰਹੇ ਹਾਂ ਸੋ ਇੱਥੇ ਲੋੜ ਸਿਰਫ ਇਹੀ ਹੈ ਇੱਕ ਅਵੇਅਰਨੈਸ ਡਰਾਈਵ ਚਲਾਉਣੀ ਸੀ ਉਹ ਚੱਲ ਰਹੀ ਹੈ ਸਰ ਤੁਸੀਂ ਇੱਕ ਸਾਡਾ ਸਹਿਯੋਗ ਕਰੋ ਮੈਂ ਚਾਹੁੰਦਾ ਵੀ ਇਹ ਪੰਜਾਬ ਦੀ ਸਰਕਾਰ ਤੇ ਭਾਰਤ ਦੀ ਸਰਕਾਰ ਤੱਕ ਸਾਡੀ ਗੱਲ ਪਹੁੰਚੇ ਉਹ ਪਹੁੰਚਣੀ ਕਿਵੇਂ ਹੈ ਅੱਜ ਕੋਵਿਡ ਦਾ ਟਾਈਮ ਚੱਲਦਾ ਹੈ ਅਸੀਂ ਚਾਹੁੰਦੇ ਹਾਂ ਵੀ ਸੋਸ਼ਲ ਮੀਡੀਆ ਦੇ ਸਹਾਰੇ ਨਾਲ ਜਿਵੇਂ ਤੁਸੀਂ ਉਸ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਹੈ ਹਰ ਮੁਲਕ ਹਰ ਥਾਂ ਤੇ ਉਹ ਵੀਡੀਓ ਗਈ ਇਸੇ ਤਰੀਕੇ ਇਹਨਾਂ ਦੇ ਕੰਨਾਂ 'ਚ ਗੱਲ ਜਾਵੇ ਵੀ ਕਿਵੇਂ ਇਹ ਬੰਦੇ ਮਾਫੀਆ ਜਿਹੜਾ ਉਹ ਲੋਕਾਂ ਨੂੰ ਲੁੱਟ ਰਿਹਾ ਡਿਜੀਟਲ ਅੰਦੋਲਨ ਜਿਹਨੂੰ ਆਪਾਂ ਕਹਿੰਦੇ ਹਾਂ ਸੋਸ਼ਲ ਮੀਡੀਆ ਤੇ ਜਦੋਂ ਕੋਈ ਐਨ ਆਰ ਆਈ ਭੈਣ ਭਰਾ ਇਹ ਤਖ਼ਤੀ ਫੜ ਕੇ ਖੜਦਾ ਨਾ ਕਿ ਆਈ ਸਪੋਰਟ ਗੁਰੂ ਨਾਨਕ ਮੋਦੀ ਖਾਨਾ ਸੱਚ ਜਾਣਿਓ ਸਾਡੀ ਛਾਤੀ ਫੁੱਲ ਕੇ ਚੌੜੀ ਹੋ ਜਾਂਦੀ ਹੈ ਕਿ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਸਿਰਫ ਲੁਧਿਆਣੇ ਨਹੀਂ ਬੈਠੇ ਦੇਸ਼ਾਂ ਵਿਦੇਸ਼ਾਂ 'ਚ ਵੀ ਬੈਠੇ ਨੇ ਸੋ ਸਾਨੂੰ ਤੁਹਾਡੀ ਮੋਰਲ ਸਪੋਰਟ ਦੀ ਲੋੜ ਹੈ ਜਿੰਨਾ ਚਿਰ ਤੁਸੀਂ ਸਪੋਰਟ ਕਰੋਗੇ ਗੁਰੂ ਸਾਹਿਬ ਕਿਰਪਾ ਕਰਨਗੇ ਇਸ ਲੜਾਈ ਨੂੰ ਇਸੇ ਤਰ੍ਹਾਂ ਅੰਜਾਮ ਤੇ ਲੈ ਕੇ ਜਾਵਾਂਗੇ ਜਿੰਦੂ ਸਾਹਿਬ ਇੱਕ ਬਹੁਤ ਵੱਡਾ ਸਵਾਲ ਇੱਥੇ ਕੈਂਸਰ ਪੇਸ਼ੈਂਟਸ ਲਈ ਬਣਦਾ ਜਿੱਥੇ ਅਸੀਂ ਲਗਾਤਾਰ ਐਨ ਆਰ ਆਈ ਭਰਾਵਾਂ ਦੀ ਗੱਲ ਕਰਦੇ ਹਾਂ ਤਾਂ ਕਈ ਸਾਰੇ ਸਾਡੇ ਐਨ ਆਰ ਆਈ ਭਰਾਵਾਂ ਜਿਹੜੇ ਨੇ ਉਹ ਭੈਣ ਭਰਾ ਜਿਹੜੇ ਨੇ ਉਹ ਲਗਾਤਾਰ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਕਈ ਸਾਰੀ ਐਸੋਸੀਏਸ਼ਨਸ ਦੇ ਨਾਲ ਉਹਨਾਂ ਦਾ ਰਾਬਤਾ ਹੈਗਾ ਡਾਇਰੈਕਟ ਜਾਂ ਤਾਂ ਉਹਨਾਂ ਨੂੰ ਡੋਨੇਸ਼ਨ ਪ੍ਰੋਵਾਈਡ ਕਰਦੇ ਜਾਂ ਫਿਰ ਮਦਦ ਕਰਦੇ ਹਾਂ
पर एज एन इंडिविजुअल तुम पंजाब च रहने हो और मेडिकल सेवावां दी गल करिए या फिर मेडिकल प्रोफेशनल्स दी गल करिए या फिर इस फील्ड दी गल करिए जमीनी पद्धर ते हालात की बने हुए ने और की कुछ सानू एज एन NRI करना चाहिए इस टाइम पंजाब दे विच पिंड अडोप्ट असी कर ले लेकिन पिंड अडोप्ट करन दे नाल नाल जिहड़ी है बेसिक समस्या उन्हूं आपां उहदा निपटारा किवें कर सकते हैं एक वड्डा सवाल बनता मैं एक सवाल लवांगा कैंसर पेशेंट्स दे लई उन्हां दी जिहड़ी दवाई है ਉਹ ਕਿੰਨੀ ਉਹਦੇ ਵਿੱਚ ਕਿੰਨੀ ਲੁਟਕੋ ਹੋ ਰਹੀ ਹੈ ਉਹਦੇ ਉੱਤੇ ਵੀ ਚਾਨਣਾ ਪਾਵਾਂਗਾ ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ ਬ੍ਰੇਕ ਤੋਂ ਬਾਅਦ ਲਗਾਤਾਰ ਬਲਜਿੰਦਰ ਸਿੰਘ ਜਿੱਦੂ ਸਾਡੇ ਨਾਲ ਜਾਰੀ ਰਹਿਣਗੇ ਇਸ ਮੁੱਦੇ ਦੇ ਵਿੱਚ ਬ੍ਰੇਕ ਤੋਂ ਬਾਅਦ ਸਵਾਗਤ ਹੈ ਲਗਾਤਾਰ ਗੱਲ ਹੋ ਰਹੀ ਹੈ ਮੈਡੀਸਨ ਮਾਫੀਆ ਦੇ ਬਾਰੇ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਮੈਡੀਸਨ ਮਾਫੀਆ ਦਸਤਕ ਦੇ ਚੁੱਕਿਆ ਔਰ ਕਿਵੇਂ ਅਸੀਂ ਇਸ ਮੈਡੀਸਨ ਮਾਫੀਆ ਦੇ ਅੱਗੇ ਜਿੱਤ ਸਕਦੇ ਹਾਂ ਬਲਜਿੰਦਰ ਸਿੰਘ ਜਿੱਦੂ जो कि पहली आवाज़ बन के पंजाब दे विच लुधियाने तो गुरु नानक मोदी खाने तो सामने आए और जिंदू होरां दे उत्ते कई सारे जिहड़े प्रेशर भी ने प्रशासन वालों वो भी लगातार पाए जा रहे हैं पर एज एन NRI एज एन पंजाब नूं प्यार करन वाले असी की कर सकते हैं और किवें असी बलजिंदर सिंह जिंदू पंजाब दे हर पिंड दे विच खड़ा कर सकते हैं ताकि आने वाले समय दे विच जिहड़ी लुटखो मेडिसिन्स नूं लैके हो रही है वह ना होए ਸਿੱਧਾ ਲੈ ਕੇ ਚੱਲਦੇ ਹਾਂ ਬਲਜਿੰਦਰ ਸਿੰਘ ਜਿੰਦੂ ਹੋਰਾਂ ਕੋਲ ਔਰ ਮੈਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਉਹਨਾਂ ਤੋਂ ਸਵਾਲ ਲਿੱਤਾ ਸੀਗਾ ਕੈਂਸਰ ਪੇਸ਼ੈਂਟ ਬਾਰੇ ਉਹਨਾਂ ਦੀ ਦਵਾਈਆਂ ਦੇ ਨਾਲ ਕੀ ਕੁਝ ਹੋ ਰਿਹਾ ਮੈਂ ਜ਼ਰੂਰ ਜਾਣਨਾ ਚਾਹਾਂਗਾ ਬਲਜਿੰਦਰ ਜੀ ਸਾਡਾ ਲਾਸਟ ਸੈਗਮੈਂਟ ਹੈ ਇਹਦੇ ਵਿੱਚ ਮੈਂ ਚਾਹਾਂਗਾ ਕਿ ਤੁਸੀਂ ਕਲੋਜ਼ਿੰਗ ਸਮਰੀ ਦੇ ਕੇ ਸਾਡੇ ਭਰਾਵਾਂ ਨੂੰ NRI ਭੈਣ ਭਰਾਵਾਂ ਨੂੰ ਤੁਸੀਂ ਐਡਰੈਸ ਕਰੋ ਜੀ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਇੱਕ ਤਾਂ ਸਾਡੇ ਪੰਜਾਬ ਵਾਲੇ ਲੋਕ ਜਿਹੜੇ ਨੇ ਖਾਸ ਤੌਰ ਤੇ 75% ਆਬਾਦੀ ਜਿਹੜੀ ਸਾਡੀ ਪਿੰਡਾਂ 'ਚ ਰਹਿੰਦੀ ਹੈ ਜਿਹੜਾ ਕੈਂਸਰ ਫੈਲਣ ਦਾ ਕਾਰਨ ਆ ਇੱਕ ਤੇ ਸਾਡਾ ਜਿਹੜਾ ਪ੍ਰਦੂਸ਼ਣ ਉਹਦੇ ਕਰਕੇ ਇੱਕ ਜਿਹੜੀਆਂ ਕੀਟਨਾਸ਼ਕ ਦਵਾਈਆਂ ਜਿਹੜੀਆਂ ਨੇ ਉਹ ਫਸਲਾਂ 'ਤੇ ਪੈਂਦੀਆਂ ਨੇ ਉਹਦੇ ਕਰਕੇ ਕੈਂਸਰ ਫੈਲਦਾ ਇੱਕ ਜਿਹੜੀ ਮਿਲਾਵਟ ਖੋਰੀ ਹੈ ਜਿਹੜੀਆਂ ਜੇ ਉੱਥੋਂ ਨਹੀਂ ਪੈਂਦੀਆਂ ਤਾਂ ਇੱਧਰ ਆ ਜਾਂਦੀਆਂ ਔਰਗੈਨਿਕ ਖੇਤੀ ਨੂੰ ਅਸੀਂ ਪਿੱਛੇ ਕੀਤਾ ਹੋਇਆ ਉਹਨਾਂ ਚੀਜ਼ਾਂ ਕਰਕੇ ਇਹ ਕੈਂਸਰ ਦੀ ਬਿਮਾਰੀ ਚੱਲਦੀ ਆ ਤੇ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਇਹ ਧੰਦਾ ਬਣਾਇਆ ਹੋਇਆ ਗਰੀਬਾਂ ਦੀ ਚੰਮ ਲਾਉਣ ਦਾ ਸੋ ਕਿਸਾਨਾਂ ਦੀਆਂ ਜ਼ਮੀਨਾਂ ਵਿਕ ਜਾਂਦੀਆਂ ਇਲਾਜ ਪੂਰੇ ਨਹੀਂ ਹੁੰਦੇ ਬੰਦਾ ਪੂਰਾ ਹੋ ਜਾਂਦਾ ਸੋ ਇਹਨਾਂ ਲੋਕਾਂ ਨੇ ਵੀਰ ਜੀ ਜਿਹੜੀ 18-20 ਹਜ਼ਾਰ ਦੀ ਮੈਡੀਸਨ ਆ ਉਹ 40-45 ਹਜ਼ਾਰ 'ਚ ਵੇਚਦੇ ਆ ਇੱਕ ਇੱਕ ਮੈਡੀਸਨ ਇਹਨਾਂ ਨੂੰ ਰੋਕਣ ਵਾਲਾ ਨੱਥ ਪਾਉਣ ਵਾਲਾ ਕੋਈ ਨਹੀਂ NRI ਭੈਣਾਂ ਭਰਾਵਾਂ ਨੂੰ ਇੱਕ ਬੇਨਤੀ ਹੈ ਮੇਰੀ ਜੇ ਪੰਜਾਬ ਨੂੰ ਪਿਆਰ ਕਰਦੇ ਹੋ ਨਾ ਜੇ ਚਾਹੁੰਦੇ ਹੋ ਵੀ ਪੰਜਾਬ ਜਿਹੜਾ ਸੋਨੇ ਦੀ ਚਿੜੀ ਬਣਿਆ ਰਵੇ ਹੈ ਨਾ ਜਿਹਨੂੰ ਇਹ ਲੁੱਟਣ ਤੇ ਲੱਗੇ ਨੇ ਲੀਡਰ ਇਹਨਾਂ ਲੀਡਰਾਂ ਤੋਂ ਸਾਡਾ ਖਹਿੜਾ ਛਡਾਓ ਜਦੋਂ ਇਹ ਲੀਡਰ ਕਿਤੇ NRI-ਆਂ ਦੇ ਕੋਲ ਜਾ ਕੇ ਸਰੋਪੇ ਪਵਾਉਂਦੇ ਨੇ ਨਾ ਸੱਚ ਜਾਣਿਓ ਜਿਹੜੇ ਪੰਜਾਬ ਲਈ ਮਰਦੇ ਆ ਨਾ ਉਹਨਾਂ ਦਾ ਮਨ ਰੋਂਦਾ ਹੈ ਵੀ ਯਾਰ ਅਸੀਂ ਇਹਨਾਂ ਨਾਲ ਲੜਦੇ ਹਾਂ ਜੂਝਦੇ ਹਾਂ ਠੀਕ ਹੈ ਸਾਡੇ ਲੋਕ ਇੰਨੇ ਅਵੇਅਰ ਨਹੀਂ ਇੰਨੇ ਪੜ੍ਹੇ ਲਿਖੇ ਨਹੀਂ ਉਹਨਾਂ ਦੀਆਂ ਜ਼ਰੂਰਤਾਂ ਇੰਨੀਆਂ ਜ਼ਿਆਦਾ ਨੇ ਜਦੋਂ ਵੋਟਾਂ ਆ ਜਾਂਦੀਆਂ ਉਹ ਆਪਣੀਆਂ ਜ਼ਰੂਰਤਾਂ ਨੂੰ ਅੱਗੇ ਰੱਖ ਲੈਂਦੇ ਆ ਤੇ ਇਹਨਾਂ ਲੋਕਾਂ ਨੂੰ ਚੁਣ ਲੈਂਦੇ ਆ ਜਦੋਂ ਤੱਕ ਚੰਗੇ ਬੰਦਿਆਂ ਦੀ ਚੋਣ ਨਹੀਂ ਹੁੰਦੀ ਪੰਜਾਬ ਦਾ ਸੁਧਾਰ ਨਹੀਂ ਹੋਣਾ ਤੁਸੀਂ ਇਹ ਵੇਖੋ ਸਾਰੇ ਤੇ ਪੜ੍ਹੇ ਲਿਖੇ ਨੌਜਵਾਨ ਬਾਹਰ ਚਲੇ ਗਏ ਪੰਜਾਬ ਦੀ ਜਵਾਨੀ ਤਾਂ ਇੱਥੇ ਰਹੀ ਕੋਈ ਨਹੀਂ ਜਿੰਨੇ ਸਿਆਣੇ ਬੰਦੇ ਆ ਉਹ ਆਪਣਾ ਆਪ ਵੇਖਦੇ ਆ ਪੰਜਾਬ ਛੱਡੀ ਜਾਂਦੇ ਆ ਮੈਂ ਇੱਕ ਗੱਲ ਕਹਿੰਦਾ ਪੰਜਾਬ ਨੂੰ ਬਚਾਉਣ ਲਈ ਕੇਵਲ ਤੇ ਕੇਵਲ 65 ਬੰਦਿਆਂ ਦੀ ਲੋੜ ਹੈ ਸਿਰਫ 65 ਸਿਰਫ ਇਮਾਨਦਾਰ 65 ਬੰਦੇ 65 ਇਮਾਨਦਾਰ ਬੰਦੇ ਪੰਜਾਬ ਨੂੰ ਮਿਲ ਜਾਣ ਜਿਹੜੇ ਇੱਕ ਗੱਲ ਕਹਿਣ ਪੰਥ ਵਸੇ ਮੈਂ ਉੱਜੜਾਂ ਮਨ ਚਾਓ ਕਨੇਰਾ ਵੀ ਮੈਂ ਉੱਜੜ ਜਾਵਾਂ ਮੇਰਾ ਸਭ ਕੁਛ ਬਰਬਾਦ ਹੋ ਜਾਏ ਮੈਨੂੰ ਪਰਵਾਹ ਨਹੀਂ ਪਰ ਮੇਰਾ ਪੰਜਾਬ ਬਚਣਾ ਚਾਹੀਦਾ ਜਿੱਦਣ 65 ਬੰਦੇ ਆਪਾਂ ਕੱਢ ਲੈਣਾ ਆਪਣੇ ਪੰਜਾਬ ਚੋਂ ਮੈਂ ਸੱਚ ਕਹਿੰਦਾ 5 ਸਾਲ ਦੀ ਟਨਿਓਰ ਹੁੰਦੀ ਏ ਸਾਰਾ ਕਰਜ਼ਾ ਲਾ ਦਿਆਂਗੇ ਸਾਰੀ ਮਿਲਾਵਟ ਖੋਰੀ ਬੰਦ ਕਰ ਦਿਆਂਗੇ ਸਾਰੇ ਮਾਫੀਆ ਨੂੰ ਨਕੇਲ ਪਾਈ ਜਾ ਸਕਦੀ ਸੋ ਤੁਸੀਂ ਇਹ ਆਪਣੇ ਪਿੰਡਾਂ ਦੇ ਵਿੱਚ ਰਿਸ਼ਤੇਦਾਰੀਆਂ 'ਚ ਪ੍ਰਚਾਰ ਕਰਿਆ ਕਰੋ ਕਿ ਜਦੋਂ ਚੋਣਾਂ ਦਾ ਵੇਲਾ ਆਉਂਦਾ ਨਾ ਤੇ ਆਪਣੇ ਲੋਕ ਚੰਗੇ ਨੁਮਾਇੰਦੇ ਨੂੰ ਚੁਣ ਕੇ ਅੱਗੇ ਲਿਆਉਣ ਹੁਣ ਸਾਡੇ ਲੁਧਿਆਣੇ ਦੀ ਗੱਲ ਕਰੀਏ ਸਾਡੇ ਦਾ MP ਜਿਹੜਾ ਹੈ ਵੀਰ ਜੀ ਮੈਂ ਅੱਜ ਵੀ ਕਹਿੰਦਾ ਮੇਰੀ ਫੇਸਬੁੱਕ ਫਰੋਲ ਕੇ ਵੇਖ ਲਓ ਜਦੋਂ ਵੋਟਾਂ ਪਈਆਂ ਮੈਂ 2 ਮਹੀਨੇ ਕਿਲ ਕਿਲ ਕੇ ਰੋਇਆ ਉਹ ਨਾ ਵੋਟਾਂ ਇਹਨੂੰ ਪਾਇਆ ਜੇ ਨਾ ਪਾਇਆ ਜੇ ਹੁਣ ਦੱਸੋ ਇਹਨਾਂ MP ਬਣਾ ਲਿਆ ਵੀਰ ਜੀ ਉਹ ਕੀ ਕਰਦਾ ਪਿਆ ਉਹਦੇ ਕੰਮ ਦੱਸੋ ਕੀ ਨੇ ਉਹਨੂੰ ਨੀ ਪਤਾ ਉਹ 3 ਵਾਰਾਂ MP ਬਣ ਗਿਆ 15-13 ਸਾਲ ਹੋ ਗਏ 12-13 ਸਾਲ ਤੈਨੂੰ MP ਬਣਿਆ ਨੂੰ ਤੂੰ ਪੰਜਾਬ ਨੂੰ ਦਿੱਤਾ ਕੀ ਹੈ
ਲੁਧਿਆਣੇ ਤੈਨੂੰ 7 ਸਾਲ ਹੋ ਗਏ, ਤੂੰ ਦਿੱਤਾ ਕੀ? ਸਾਡੇ ਲੁਧਿਆਣੇ ਹਸਪਤਾਲ ਚੱਜ ਦਾ ਕੋਈ ਨੀ। ਜਿਹੜੇ ਚੈਰੀਟੇਬਲ ਹਸਪਤਾਲ ਲੁੱਟ ਖਸੁੱਟ ਕਰਦੇ ਨੇ ਉਹ ਸਾਰੇ ਤੇ ਭੈੜੇ ਭੈੜੇ ਯਾਰ, ਮੇਰੀ ਫੱਤੋ ਦੇ ਸਾਰੇ ਦੇ ਬਿੱਟੂ ਦੇ ਯਾਰ ਨੇ ਉਹ। ਸੋ ਵੀਰ ਜੀ, ਇਹਨਾਂ ਲੋਕਾਂ ਤੋਂ ਕਾਹਦੀ ਆਸ ਲਾਉਣੀ ਹੈ? ਤੇ ਸਾਡੇ NRI ਭੈਣ ਭਰਾ ਜਿਹੜੇ ਨੇ ਇਹ ਬਿੱਟੂ ਵਰਗੇ ਨੂੰ ਨਾ ਆਪਣੇ ਘਰਾਂ ਚ ਬੁਲਾ ਕੇ ਡਿਨਰ ਤੇ ਲੰਚ ਕਰਾਉਂਦੇ ਨੇ। ਸੋ ਯਾਰ, ਮੇਰੀ ਬੇਨਤੀ ਹੈ ਹੱਥ ਬੰਨ ਕੇ ਵੀ ਪੰਜਾਬ ਨੂੰ ਪੰਜਾਬ ਬਣਾਓ, ਇਹਨਾਂ ਲੋਕਾਂ ਤੋਂ ਸਾਡਾ ਖਹਿੜਾ ਛਡਾਓ। ਇਹਨਾਂ ਨੂੰ ਪੰਜਾਬ ਦੇ ਲੋਕ ਪਸੰਦ ਨਹੀਂ ਕਰਦੇ, ਇਹ ਪਤਾ ਨੀ ਕਿਵੇਂ ਧਾਂਦੜੀਆਂ ਕਰ ਕਰ ਵੋਟਾਂ ਲੈ ਜਾਂਦੇ ਨੇ। ਪਰ ਜਦੋਂ ਤੁਸੀਂ ਲੋਕ ਇਹਨਾਂ ਨੂੰ ਸਪੋਰਟ ਕਰ ਦਿੰਦੇ ਹੋ, ਤੁਹਾਨੂੰ ਦੇਖੋ ਦੇਖੀ ਨਾ ਤੇ ਪੰਜਾਬ ਦੇ ਲੋਕ ਮਗਰ ਲੱਗ ਜਾਂਦੇ ਨੇ, ਕਿਉਂਕਿ ਸਾਡੇ ਵਾਲੇ ਲੋਕ NRI ਨੂੰ ਫੋਲੋ ਕਰਦੇ ਨੇ ਵੀਰ ਜੀ। ਉਹ ਜੋ ਕੱਪੜਾ ਪਾਉਂਦੇ ਨੇ, ਜਿਹੜੇ ਸਟਾਈਲ ਚ ਰਹਿੰਦੇ ਨੇ, ਜੋ ਖਾਂਦੇ ਨੇ, ਜਿਹੜੇ ਬੰਦੇ ਨੂੰ NRI ਨੇ ਚੰਗਾ ਕਹਿਤਾ ਨਾ ਵੀਰ ਜੀ, ਪੰਜਾਬ ਵਾਲਿਆਂ ਨੇ ਉਹਨੂੰ ਪੂਜਣਾ ਸ਼ੁਰੂ ਕਰ ਦੇਣਾ। ਸਾਡੇ ਵਾਲਿਆਂ ਨੂੰ ਬੇਨਤੀ ਹੈ NRI ਨੂੰ, ਤੁਸੀਂ ਚੰਗਿਆਂ ਦੀ ਚੋਣ ਕਰਕੇ ਆਪਣੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਵੀ ਦੱਸੋ, ਅਸੀਂ ਵੀ ਦੱਸੀਏ ਚੰਗੇ ਬੰਦੇ ਯਾਰ, 65 ਬੰਦੇ ਲਿਆਈਏ ਜੇ ਆਪਾਂ ਪੰਜਾਬ ਨੂੰ ਬਚਾਉਣਾ, ਹੋਰ ਕੁਛ ਨਹੀਂ ਚਾਹੀਦਾ ਆਪਾਂ ਨੂੰ ਵਿੱਚ। ਜੀ, ਮਿਹਰਬਾਨੀ ਤੁਹਾਡੀ ਬਲਜਿੰਦਰ ਸਿੰਘ ਜਿੰਦੋ ਜੀ, ਸਾਡੇ ਨਾਲ ਜੁੜੇ, ਆਪਣਾ ਕੀਮਤੀ ਸਮਾਂ ਤੁਸੀਂ ਸਾਨੂੰ ਦਿੱਤਾ। ਜਾਂਦੇ ਸਾਡੇ ਤੁਸੀਂ ਇਹੀ ਸੁਨੇਹਾ ਦਿੰਦੇ ਜਾ ਰਹੇ ਹੋ ਕਿ 65 ਕੈਂਡੀਡੇਟ ਸਾਨੂੰ ਚਾਹੀਦੇ ਹੈ ਵਿਧਾਨ ਸਭਾ ਦੇ ਵਿੱਚ ਬਾਕਾਇਦਾ ਤੌਰ ਦੇ ਉੱਤੇ। ਜੇਕਰ ਅਸੀਂ ਉਹ 65 ਕੈਂਡੀਡੇਟਸ ਦੀ ਚੋਣ ਕਰ ਲੈਂਦੇ ਹਾਂ, ਸੋ ਭਵਿੱਖ ਜਿਹੜਾ ਪੰਜਾਬ ਦਾ ਆਉਣ ਵਾਲੇ ਸਮੇਂ ਦੇ ਵਿੱਚ ਸੁਨਹਿਰਾ ਹੋ ਸਕਦਾ ਔਰ ਸੋਨੇ ਦੀ ਚਿੜੀ ਮੁੜ ਤੋਂ ਪੰਜਾਬ ਕੋ ਆ ਸਕਦਾ। ਮਿਹਰਬਾਨੀ, ਤੁਸੀਂ ਸਾਡੇ ਨਾਲ ਜੁੜੇ। ਸੋ ਐਸ ਸੀਗੇ ਬਲਜਿੰਦਰ ਸਿੰਘ ਜਿੰਦੂ, ਜਿਨ੍ਹਾਂ ਨੇ ਮੈਡੀਸਨ ਮਾਫੀਆ ਦੇ ਉੱਤੇ ਇਸ ਨੈਕਸਸ ਦੇ ਉੱਤੇ ਨਕੇਲ ਕੱਸੀ ਵੀ, ਔਰ ਬਾਕਾਇਦਾ ਨਾ ਕਿ ਸਿਰਫ ਸਟੇਟ ਗਵਰਨਮੈਂਟ ਨੂੰ, ਬਾਕਾਇਦਾ ਸੈਂਟਰਲ ਗਵਰਨਮੈਂਟ ਨੂੰ ਵੀ, ਯਾਨੀ ਕਿ ਕੇਂਦਰ ਸਰਕਾਰ ਨੂੰ ਵੀ ਮਜਬੂਰ ਕੀਤਾ ਇਸ ਦੇ ਉੱਤੇ ਐਕਸ਼ਨ ਲੈਣ ਦੇ ਲਈ। ਪਰ ਐਕਸ਼ਨ ਕਿੰਨਾ ਕੁ ਹੋਏਗਾ, ਐਕਸ਼ਨ ਕੀ ਲਿੱਤਾ ਜਾਂਦਾ, ਐਕਸ਼ਨ ਦੇ ਵਿੱਚ ਕੀ ਲੋਕਾਂ ਦੀ ਜਿਹੜੀ ਸਭ ਤੋਂ ਵੱਡੀ ਮਦਦ ਮੈਡੀਸਨਸ ਨੂੰ ਲੈ ਕੇ, ਉਹਦੇ ਪ੍ਰਾਈਸ ਨੂੰ ਲੈ ਕੇ ਹੈ, ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਏਗੀ? ਖੈਰ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਸਟੇਟ ਗਵਰਨਮੈਂਟ ਅਗਰ ਅਸੀਂ ਗੱਲ ਕਰੀਏ, ਪੰਜਾਬ ਸਰਕਾਰ ਦੀ ਗੱਲ ਕਰੀਏ, ਤਾਂ ਉਹਨਾਂ ਦੀ ਅੱਖਾਂ ਦੇ ਸਾਹਮਣੇ, ਉਹਨਾਂ ਦੇ ਬਿਲਕੁਲ ਨੱਕ ਦੇ ਥੱਲੇ ਇਹ ਕੰਮ ਹੋ ਰਿਹਾ, ਪਰ ਕਿਉਂ ਨਹੀਂ ਇਹਦੇ ਉੱਤੇ ਨਕੇਲ ਕੱਸੀ ਗਈ? ਪਹਿਲਾਂ ਹੀ ਪੰਜਾਬ ਲੈਂਡ ਮਾਫੀਆ, ਰੇਤ ਮਾਫੀਆ ਅਤੇ ਡਰੱਗ ਮਾਫੀਆ ਤੋਂ ਲੰਬੇ ਸਮੇਂ ਤੋਂ ਜੰਗ ਲੜਦਾ ਹੋਇਆ ਆ ਰਿਹਾ ਸੀਗਾ, ਪਰੇਸ਼ਾਨ ਸੀਗਾ, ਲੇਕਿਨ ਹੁਣ ਇੱਕ ਨਵਾਂ ਮਾਫੀਆ ਜਿਹਨੂੰ ਅਸੀਂ ਮੈਡੀਸਨ ਮਾਫੀਆ ਕਹਿ ਰਹੇ ਹਾਂ, ਉਹਨੇ ਪੰਜਾਬ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਜਸ ਪੰਜਾਬੀ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਅਜਿਹੇ ਮੁੱਦੇ ਇਸ ਮੰਚ ਦੇ ਉੱਤੇ ਲਿਆਉਂਦਾ ਰਹੇਗਾ ਔਰ ਤੁਹਾਡੇ ਸਾਹਮਣੇ ਕਰੇਗਾ ਨਿਰਪੱਖ ਗੱਲ, ਕਿਉਂਕਿ ਮਸਲਾ ਨਹੀਂ ਹੁੰਦਾ, ਮਸਲਾ ਜਦ ਬਣ ਜਾਂਦਾ ਹੈ ਮੁੱਦਾ, ਤਾਂ ਇਸ ਫਿਰ ਮੰਚ ਦੀ ਹੁੰਦੀ ਹੈ ਸ਼ੁਰੂਆਤ, ਕਿਉਂਕਿ ਇਹੀ ਤਾਂ ਹੁੰਦਾ ਹੈ ਅੱਜ ਦਾ ਮੁੱਦਾ। ਧੰਨਵਾਦ, ਸਤਿ ਸ੍ਰੀ ਅਕਾਲ।